ਰਸਤੇ ਵਿੱਚ ਹੀ ਗੁੰਮ ਗਏ ਨੇ ਮੌਸਮ ਰੰਗ ਬਹਾਰਾਂ ਦੇ ਵਿਛੜ ਗਏ ਨੇ ਸਾਰੇ ਮੌਸਮ ਬਾਰਿਸ਼ ਅਤੇ ਫੁਹਾਰਾਂ ਦੇ ਐ ਚੁੱਕ ਆਪਣਾ ਘਰ ਤੇ ਸਾਂਭ ਕੁੰਜੀਆਂ ਵੀ ਤੂੰ ਆਪੇ ਸਮੇਰੇ ਨਾਲ ਸਦਾ ਨਹੀਂ ਨਿਭਣੇ ਰਿਸ਼ਤੇ ਇਹ ਦੀਵਾਰਾਂ ਦੇ ਮੀਣੇ ਦੇ ਫੱਟ ਕਦੇ ਨਹੀਂ ਭਰਦੇ ਹਰਦਮ ਸੱਜਰੇ ਰਹਿੰਦੇ ਨੇ ਮੀਣੇ ਦੇ ਫੱਟ ਕਦੇ ਨਹੀਂ ਭਰਦੇ ਹਰਦਮ ਸੱਜਰੇ ਰਹਿੰਦੇ ਨੇ ਭਰਦੇ ਭਰਦੇ ਭਰ ਜਾਂਦੇ ਨੇ ਡੂੰਘੇ ਫੱਟ ਤਲਵਾਰਾਂ ਦੇ ਵਾਹ ਵਰੋਲੇ ਗਰਦਸ਼ ਘੁੰਗਰੂ ਪੈਰਾਂ ਦੇ ਵਿੱਚ ਜੋ ਵੀ ਬਨ ਪਰ ਤਲਵਾਰਾਂ ਦੇ ਸਾਏ ਹੇਠਾਂ ਰਸਤੇ ਨੇ ਖੁਦਾਰਾਂ ਦੇ ਤਲਵਾਰਾਂ ਦੇ ਸਾਏ ਹੇਠਾਂ ਰਸਤੇ ਨੇ ਖੁਦਾਰਾਂ ਦੇ ਬਹੁਤ ਵਧੀਆ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਲਾਈਵ ਸ਼ੋਅ ਦੀ ਗੱਲ ਕਰੀਏ ਤਾਂ ਲਗਭਗ ਕੱਲ੍ਹ ਦਾ ਪ੍ਰੋਗਰਾਮ ਵੀ ਰਿਪੀਟ ਹੀ ਚੱਲਿਆ ਸੀਗਾ ਅਤੇ ਫਰਾਈਡੇ ਦਾ ਵੀ ਰਿਕਾਰਡਡ ਸੀ ਅਤੇ ਸੈਟਰਡੇ ਸੰਡੇ ਤੋਂ ਉੱਦਾਂ ਛੁੱਟੀ ਹੁੰਦੀ ਫਿਰ ਤਾਂ ਕਰਕੇ ਅਤੇ ਜਿਵੇਂ ਮੈਂ ਸਾਡੇ ਦਰਸ਼ਕਾਂ ਨੂੰ ਦੱਸਿਆ ਸੀਗਾ ਵੀਰਵਾਰ ਵਾਲੇ ਦਿਨ ਕਿ ਫਰਾਈਡੇ ਤੋਂ ਅਸੀਂ ਐਲ ਏ ਹੋਵਾਂਗੇ ਸੋ ਲੋਸ ਐਂਜਲਸ ਦੇ ਵਿੱਚ ਸੀਗੇ ਜੀ ਉਸ ਏਰੀਏ ਸੀਗੇ ਔਰੇਂਜ ਕਾਉਂਟੀ ਗਏ ਸੀਗੇ ਆਰ ਟੀ ਸੀ ਆ ਗਏ ਸੀ ਅਤੇ ਥੋੜ੍ਹੀ ਜਿਹੀ ਗੱਲ ਉਹਦੀ ਸਾਂਝੀ ਕਰਕੇ ਤੁਹਾਡੇ ਨਾਲ ਫਿਰ ਆਪਾਂ ਪ੍ਰੋਗਰਾਮ ਵਾਲੇ ਪਾਸੇ ਚੱਲਾਂਗੇ ਅਤੇ ਪ੍ਰੋਗਰਾਮ ਦਾ ਵਿਸ਼ਾ ਅੱਜ ਵੀ ਜਿਵੇਂ ਅਸੀਂ ਹਮੇਸ਼ਾ ਗੱਲ ਕਰੀ ਦੀ ਪੰਜਾਬ ਦੀ ਗੱਲ ਕਰੀ ਦੀ ਹੈ ਪੰਜਾਬ ਬਾਰੇ ਸੋਚੀ ਦਾ ਪੰਜਾਬ ਦੇ ਬਾਰੇ ਚਿੰਤਾ ਕਰੀ ਦੀ ਹੈ ਉਹਦੇ ਨੇੜੇ ਤੇੜੇ ਅੱਜ ਗੱਲ ਵੀ ਹੋਊਗੀ ਐਲ ਏ ਦੀ ਗੱਲ ਕਰੀਏ ਤਾਂ ਸਾਡੇ ਦਰਸ਼ਕ ਜਾਣ ਜਿਹੜੇ ਮਿਸ ਐਂਡ ਮਿਸ ਪੰਜਾਬ ਯੂ ਐੱਸ ਏ ਜਿਹੜਾ ਹੈਗਾ ਉਹ 16 ਅਕਤੂਬਰ ਨੂੰ ਹੋਣ ਜਾ ਰਿਹਾ ਐਲ ਏ ਦੇ ਵਿੱਚ ਸ਼ਨੀਵਾਰ ਨੂੰ ਅਤੇ ਉਹਦੀ ਆਡੀਸ਼ਨ ਕਹਿ ਲਓ ਚਾਹੇ ਮੀਟ ਐਂਡ ਗ੍ਰੀਟ ਕਹਿ ਲਓ ਪਹਿਲਾਂ 24 ਜੁਲਾਈ ਨੂੰ ਅਸੀਂ ਸਟੂਡੀਓ 'ਚ ਰੱਖੇ ਸੀ ਅਤੇ ਫਿਰ 2 ਹੁਣ ਐਲ ਏ ਦੇ ਵਿੱਚ ਰੱਖੇ ਸੀਗੇ ਆਰਟੀਸੀਆ ਦੇ ਵਿੱਚ ਅਤੇ ਦੂਜੇ ਸ਼ਹਿਰ ਦਾ ਨਾਂ ਸੀ ਰੈਂਚੋ ਕੋਕਾ ਮੋਂਗਾ ਇਹ ਇਹਨਾਂ ਦੇ ਵਿੱਚ ਸੀਗੇ ਰੱਖੇ ਹੋਏ ਆਡੀਸ਼ਨ ਅਤੇ ਬਹੁਤ ਵਧੀਆ ਭਰਮਾ ਹੁੰਗਾਰਾ ਰਿਹਾ ਲੇਡੀਜ਼ ਬੀਬੀਆਂ ਕੁੜੀਆਂ ਉੱਥੇ ਕਾਫੀ ਆਈਆਂ ਰੌਣਕ ਮੇਲਾ ਬਹੁਤ ਲੱਗਿਆ ਸੀ ਪ੍ਰੋਗਰਾਮ ਰਿਕਾਰਡ ਕੀਤੇ ਅਸੀਂ ਤੁਹਾਨੂੰ ਦਿਖਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਟੀ ਵੀ ਦੇ ਉੱਪਰ ਵੀ ਅਤੇ ਮੁੱਖ ਦੀ ਗੱਲ ਇਹ ਹੈ ਜੀ ਵੀ ਬਹੁਤ ਵਧੀਆ ਹੁੰਗਾਰਾ ਹਰ ਪਾਸਿਓਂ ਮਿਲ ਰਿਹਾ ਸਭ ਤੋਂ ਪਹਿਲਾਂ ਤਾਂ ਹੁੰਗਾਰਾ ਹੁੰਦਾ ਵੀ ਪਾਰਟੀਸਪੇਟ ਜਿਹਨੇ ਕਰਨਾ ਉਹ ਮਿਲ ਜਾਣ ਅਤੇ ਉਹ ਵੀ ਕੱਲ੍ਹ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਔਨਲਾਈਨ 12 ਐਪਲੀਕੇਸ਼ਨਾਂ ਦਰਜ ਹੋਈਆਂ ਨੇ ਇੱਕ ਦਿਨ ਦੇ ਵਿੱਚ ਅਤੇ ਉੱਥੇ ਅਸੀਂ ਗੱਲ ਕਰੀਏ ਤਾਂ ਉੱਥੇ ਵੀ 10-15 ਟੀ ਸੀ ਆ ਦੇ ਵਿੱਚ ਅਤੇ 10-15 ਸਾਨੂੰ ਦੂਜੇ ਔਰੇਂਜ ਕਾਉਂਟੀ ਦੇ ਵਿੱਚ ਪਾਰਟੀਸਪੇਟ ਜਿਹੜੇ ਮਿਲੇ ਨੇ ਲੇਡੀਜ਼ ਬੀਬੀਆਂ ਭੈਣਾਂ ਦੇ ਵਿੱਚ ਬੜਾ ਉਤਸ਼ਾਹ ਆ ਇੱਕ ਤਾਂ ਇਹ ਸੰਭਾਵਨਾ ਹੈਗੀ ਆ ਵੀ ਕੋਵਿਡ ਬਿਲਕੁਲ ਠੀਕ ਰਹੇਗਾ ਔਰ ਦੂਜੀ ਗੱਲ ਕਰੀਏ ਤਾਂ ਸਾਰੇ ਕਿਤੇ ਦੇਖਣ ਨੂੰ ਜਿੱਦਾਂ ਐਲ ਏ ਕਾਉਂਟੀ 'ਤੇ ਥੋੜ੍ਹਾ ਜ਼ਿਆਦਾ ਸੀਗੀ ਸਖਤੀ ਪਰ ਉੱਥੇ ਵੀ ਦੇਖੀਏ ਤਾਂ ਉੱਥੇ ਵੀ ਕੋਈ ਬਾਹਲੀ ਸਖਤੀ ਵਾਲੀ ਗੱਲ ਨਜ਼ਰ ਨਹੀਂ ਆਈ ਬਾਹਲਾ ਇਹੀ ਹੈ ਵੀ ਭਾਈ ਆਪੋ ਆਪਣਾ ਧਿਆਨ ਰੱਖੋ ਅਤੇ ਰੱਖਣਾ ਵੀ ਚਾਹੀਦਾ ਡੈਲਟਾ ਵੈਰੀਅੰਟ ਦੀ ਗੱਲ ਕਰ ਲਈਏ ਤਾਂ ਕਿਹਾ ਇਹ ਜਾਂਦਾ ਵੀ ਜਿਹਦੇ 2 ਲੱਗੇ ਹੋਏ ਨੇ ਟੀਕੇ ਦੋਨੋਂ ਉਹਨੂੰ ਕਹਿੰਦੇ ਜੀ ਇਹ ਘੱਟ ਕੁਛ ਕਹਿੰਦਾ ਫਿਰ ਵੀ ਜੇ ਪਰਮਾਤਮਾ ਦੇ ਹੱਥ ਪਾਸ ਹੋਵੇ ਤਾਂ ਫਿਰ ਤਾਂ ਭਾਈ ਉੱਦਾਂ ਉਹਦੀ ਮਰਜ਼ੀ ਆ ਵੀ ਕਿਹਨੂੰ ਕਰੋਨਾ ਕਰਕੇ ਅਤੇ ਕੈਂਸਰ ਕਰਕੇ ਵੀ ਬਚਾ ਲੈਣਾ ਤਾਂ ਕਿਹਨੂੰ ਕੁਛ ਵੀ ਨਹੀਂ ਹੋਣਾ ਸੁੱਤੇ ਪਏ ਕੁਛ ਨਾ ਕੁਛ ਹੋ ਜਾਣਾ ਤਾਂ ਇਸ ਵਜ੍ਹਾ ਤਾਂ ਉਹਨੇ ਉੱਪਰ ਚੱਲ ਜਾਣਾ ਸੋ ਇਹ ਸਾਰੀਆਂ ਚੀਜ਼ਾਂ ਧਿਆਨ ਰੱਖਣ ਦੀ ਲੋੜ ਹੈ ਕਰੋਨਾ ਦੀ ਅਗਰ ਅਸੀਂ ਗੱਲ ਕਰੀਏ ਤਾਂ ਐਲ ਏ ਦੇ ਵਿੱਚ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਸਪੋਰਟ ਕੀਤੀ ਸਭ ਦਾ ਬੜਾ ਧੰਨਵਾਦ ਕਰਦੇ ਔਰ ਫਿਰ ਇਕੱਲਾ ਇਹ ਆਡੀਸ਼ਨ ਤੱਕ ਸੀਮਿਤ ਨਹੀਂ ਸੀ ਬਾਕੀ ਹੋਰ ਵੀ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਮਿਲੇ ਉੱਥੇ ਕਾਫੀ ਗੱਲਾਂ ਬਾਤਾਂ ਜਿਹੜੀਆਂ ਬਹੁਤ ਵਧੀਆ ਹੋਈਆਂ ਅਤੇ ਉਸ ਤੋਂ ਬਾਅਦ ਗੱਲ ਕਰ ਲਈਏ ਜੀ ਇੱਕ ਤਾਲੀਬਾਨ ਦਾ ਬੜਾ ਰੌਲਾ ਪਿਆ ਥੋੜ੍ਹਾ ਜਿਹਾ ਮੈਂ ਵੀ ਫਰਜ਼ ਸਮਝਦਾ ਆਪਣਾ ਜ਼ਿਕਰ ਕਰਨਾ ਇੰਨੇ ਮੰਦਭਾਗੀ ਘਟਨਾ ਵਾਪਰ ਰਹੀ ਕਹਿ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕੋਈ ਕਿਸੇ ਦੀ ਵੈਲਿਊ ਨਹੀਂ ਬੰਦੇ ਦੀ ਭੋਰਾ ਵੀ ਜਿਹਦੇ ਮਰਜ਼ੀ ਜਾਂਦੇ ਜਾਂਦੇ ਸਿਰ ਲਾ ਦਿੰਦੇ ਨੇ ਔਰ ਪੁਰਾਣਾ ਜਿਹੜਾ ਤਾਲੀਬਾਨ ਨੇ ਫਿਰ ਅਫਗਾਨਿਸਤਾਨ ਦੇ ਵਿੱਚ ਕਬਜ਼ਾ ਕਰ ਲਿਆ ਲਗਭਗ 20-21 ਸਾਲ ਬਾਅਦ ਅਤੇ ਕਿਹਾ ਇਹ ਜਾਂਦਾ ਕਿ ਜਦੋਂ ਪਹਿਲਾਂ ਤਾਲੀਬਾਨਾਂ ਦਾ ਰਾਜ ਸੀਗਾ ਅਤੇ ਬਹੁਤ ਜ਼ਿਆਦਾ ਸਖਤੀ ਸੀ ਕੋਈ ਚੋਰੀ ਕਰਦਾ ਸੀ ਅਤੇ ਹੱਥ ਵੱਢ ਦਿੱਤੇ ਜਾਂਦੇ ਸੀ ਮਾੜੇ ਮੋਟੇ ਉਹਦੇ ਵਾਸਤੇ ਵੀ ਕਿਸੇ ਨੇ ਮਾੜਾ ਮੋਟਾ ਵੀ ਜੁਰਮ ਕੀਤਾ ਤਾਂ ਬਹੁਤ ਵੱਡੀਆਂ ਸਜ਼ਾ ਦਿੱਤੀਆਂ ਜਾਂਦੀਆਂ ਸੀਗੀਆਂ ਜੇ ਕੋਈ ਔਰਤ ਆਪਣੇ ਪਤੀ ਨੂੰ ਧੋਖਾ ਹੀ ਕਹਿੰਦੇ ਨੇ ਵੀ ਹੋਰ ਕਿਸੇ ਨਾਲ ਗੱਲ ਕਰਦੀ ਵੀ ਦੇਖ ਲਈ ਤਾਂ ਵੀ ਉਹਨੂੰ ਪੱਥਰਾਂ ਨਾਲ ਚੌਂਕ ਦੇ ਵਿੱਚ ਖੜਾ ਕੇ ਮਾਰ ਦਿੱਤਾ ਜਾਂਦਾ ਸੀ ਪੱਥਰ ਮਾਰ ਮਾਰ ਕੇ ਕੁੜੀਆਂ ਨੂੰ ਸਕੂਲ ਜਾਣ ਦੀ ਬਣਾਈ ਸੀ ਨਾਲ ਦੀ ਨਾਲ ਬੁਰਕੇ ਤੋਂ ਬਾਹਰ ਨਹੀਂ ਜਾ ਸਕਦੀਆਂ ਕਿਸੇ ਲੇਡੀਜ਼ ਨੇ ਵੀ ਘਰੋਂ ਜਾਣਾ ਅਤੇ ਉਹਦੇ ਨਾਲ ਘਰ ਦਾ ਕੋਈ ਰਿਸ਼ਤੇਦਾਰ ਹੋਣਾ ਚਾਹੀਦਾ ਤਾਂ ਉਹ ਘਰੋਂ ਬਾਹਰ ਜਾ ਸਕਦੀ ਹੈ ਬਹੁਤ ਜ਼ਿਆਦਾ ਸਖਤ ਸੀਗੇ ਉਹਨਾਂ ਦੇ ਜਿਹੜੇ ਰੂਲ ਕਹਿ ਲਓ ਚਾਹੇ ਉਹਨਾਂ ਦੀ ਸੋਚ ਕਹਿ ਲਓ ਬਹੁਤ ਜ਼ਿਆਦਾ ਪਿੱਛੇ ਨੂੰ ਜਾਣ ਵਾਲੀ ਹੈਗੀ ਹੈ
पर नाल दी नाल अगर गल करिए कब्जा बेशक हो गया पर राष्ट्रपति कहिंदे भी वह जहाज़ भर के लै गया नोटों का तो पता कुछ नहीं कित्थे की है पर फिर भी असी ये समझते हैं भी उत्थे जो भी होया वो नहीं होना चाहिए सी इस तरह का कांड नहीं होना चाहिए सी वीडियो तुसी देखनिया होनी फोटो दे विच भी ते आ खबरां दे विच भी वो किदां की हाल हैगा जहाजां दे विच खंभां दे नाल बंदे लमके तो उपरों फिर डिगे ने जिवें कोई दरख्त नूं हलूण दीए तो उपरों डिगदे ने बेर उदा बंदे डिगे ने डेथां भी होईआं ने पर करन की मजबूरी बहुत वड्डी हैगी आ पर दूजे पासे अगर असीं अपने पंजाब की गल करिए तो पंजाब के साडे जिहड़े एक है श्रोमणी अकाली दल अमृतसर सिमरनजीत सिंह मान उन्होंने बधाई दी है जी तालिबाना नूं ये भी मैनूं समझ नहीं आई गल कहिंदे जी बधाई उन्हां दी इह है कि सिखां दे नाल उन्हां सुभाव मिलदा इस करके उन्होंने अफगानिस्तान से कब्जा करन दी बधाई दिंदे आ चलो असीं कोई बधाई नहीं दिंदे जी असीं तां कहिंदे भी इह इंसानियत दा जिहड़ा कांड हो रहा वह नहीं होना चाहिए अगली गल जी कर लीए जी तो एक सोशल मीडिया से बड़ा पंगा पाया है बहुत ज़्यादा नुकसान हो रहे हैं सैल्फी लैन वेले बहुत सारे लोग असी देखे ने टिकटॉक ने सब तो वध मेरे ख्याल हुण तक जे जाना लईआं तो टिकटॉक जी ऐप हैगी है उहदे पंगे पए ने बहुत सारे लोग असी देखे ट्रेन दे कोल ट्रेन आ रही है पिछे दिस रही है उहदे विच सैल्फी लैन दे चक्कर च बहुत सारे लोगों ने जाना गवाईआं बहुत सारे ने उदां गए तो इदां ही हुण मुंडे कितें चार बना रहे सी टिकटॉक ते उह रफल चल गई गोली उहदे विच उहदों तो इक दी डैथ हो गई आ सो इह चीज़ां नूं हुण इह नहीं समझ आउंदी बच्चिआं नूं समझा किवें सकदे आ रोक किवें सकदे आ हुण पता ही नहीं किहड़े वेले करदे ने किहड़े वेले नहीं करदे सो सानूं आपां नूं सारिआं नूं इहदा ध्यान रखणा पैणा एक आह मेरे जाने तो बाद ही मेरे ख्याल ये खबर हैगी है प्रगट सिंह जनरल सैकटरी बनाया ते बाकी चलो बहुत चंगा बंदा प्रगट सिंह बहुत वधिया सोच कित कित मैं तो इं लगता भी नवजोत सिद्धू नाल विसिआ नवजोत सिद्धू बोल बहुत ज्यादा बल्कि जबकि समां यह हैगा बोलना घट चाहिए तो कम वध करना चाहिए तो पर फिर भी चलो उन्होंने जनरल सकत्र बनाया तो कितने ना कि लोग कहने वाले भी कहें भाई यारियां पुगाइया उन्हें चलो यारियां पुगाइया तो पर पंजाब के भले वास्ते कितने ना कि लगता है भी अगर यहोजे बंदे सामने आवगे तो पंजाब का भला हो सकता है और जनरल सैकटरी बन दे बन की देर आ जी प्रगट सिंह जगवीर बराड़ जिहड़ा हैगा उन्हें फिर टपूसी मारी है तो वह अकाली दल के वापस आ गया उन्होंने पता भी भाई हुण जलंधरगंज तो मैं खड़ता हुंदा इत्थे मेरियां चार वोटां हैगियां तो हुण प्रगट सिंह ने तो जनरल सैकटरी बन गया तो वाहवा हुण दबदबा होर हो जाना तो मैनू टिकट टुकट मिलनी नहीं और यही चीज़ पंजाब का पट्ठा बिठा रही है किसी पुछो ना भी यार तू चंगा भला तू पार्टी के हैगा सी दूजी पार्टी क्यों टपूसी मार ली वो कहिंदे जी यही सोचा इधर कम कुम तो हुण साडे कोई हुंदे नहीं कोई करदा नहीं कम काम कोई करता नहीं है इस करके असी सोचा भी जी सरकार हैगी इस टाइम हम आराम ना उत्थे जे चार दिन है उत्थे कम कुम तो हो जाएंगे चलो उधरले पास जी सरकार है उधर टपुसी मार जो ये पंजाब वास्ते बहुत वड्डी नुकसान वाली गल हैगी जो यहोजा सारा कुछ हुंदा सो अज असी गल जी करांगे मेरे नाल मेहमान जुड़नगे जी ब्रेक तो बाद मेहमान एले तो पहला भी उन्होंने जिक्र किया पहला भी साढ़े एक दो बारी उन्होंने इंटरव्यू की असी उन्होंने मैं वो बंदे बहुत पसंद करदा खास तौर पर अपने प्रोग्राम दे विच मेरी अपनी निजी सोच जो मर्जी हो सकती है जिहड़े पंजाब प्रति चिंतित ने जिहड़े पंजाब प्रति कोई ना कोई आइडिया चिंतित असीं सारे ही हाँ की हो सकता की नहीं हो सकता जिहड़ा कोई इहो जिहा आइडिया देवे तो उहदा उहदी ज़्यादा गल हैगी तो एक आइडिया मैनूं उत्थे डॉक्टर जसपाल सिंह हैगे ने जसपाल सिंह जी की गल करिए तो पहला जो असीं गल की है वह मनमोहन सिंह जी दे बहुत करीबी ने डॉक्टर मनमोहन सिंह साढ़े सबका प्राइम मिनिस्टर उन्होंने बहुत करीबी ने उन्होंने फ्रेंड सर्कल के उन्होंने फैमिली रिलेशन जोड़े है उन्होंने नाल है तो असी इस गल तो अंदाज़ा ये लगा सकते हैं भी जिन्हें दोस्त डॉक्टर मनमोहन सिंह वर्गे है तो उन्होंने सोच भी उन्होंने बराबर की होएगी घट्टो घट तो ही उन्होंने यहोजे दोस्त बनाए ने सो जसपाल सिंह जी असी ब्रेक तो बाद गल करांगे गल बहुत पते दी है गल पंजाब दी है एक उन्होंने आइडिया मेरे नाल असीं हुण गए सी सांझा कीता मैं मिलिया जदों तो मैं कहा जी ये आइडिया सांझा करना बनता साडा पूरे पंजाबियों दे नाल की आइडिया की उस आइडिया का फायदा होएगा पंजाब नूं असीं किसे पोलीटिकल पार्टी की गल नहीं करनी असीं पंजाब की गल करनी आ कोई बंदा किसी भी पार्टी नूं संबंधित हो सकता है साडे दर्शक जिहड़े जस पंजाबी दे उह अकाली दल नाल संबंधित भी हो सकते हैं कांग्रेस नाल संबंधित भी हैगे ने बहुत सारे तो आम आदमी पार्टी वाले भी ने बीजेपी वाले भी ने साडे ईवन दर्शकों की गल छड्डो हर पार्टी दे साडे अपने क्लोज रिलेशन वाले बंदे हैगे ने हर पार्टी दे विच सो मुकदी गल असीं जिन्नू भी बात पाई दी इही पाई दी है भाई पंजाब दा भला किवें हो सकता है वो गल करांगे
डॉक्टर जसपाल सिंह होना का बहुत वधिया आइडिया तुहाडे नाल भी सांझा करदे आ, शायद उहदे नाल पंजाब दा होर ज़्यादा कुछ ना कुछ भला हो सके आने वाली इलेक्शन दे विच। की है वो आइडिया ब्रेक तो बाद सांझा करदे आ, फिलहाल ब्रेक लैन देखते रहो जस पंजाबी। ब्रेक तो बाद हाजिर है जी। एक बार फिर तो जिवें ब्रेक से जाने तो पहला मैं गल की सी भी असी गल पंजाब दी करनी, अज पंजाबियों बारे करनी है। मुकदी गल तो यह भी पंजाब का भला किवें हो सकता, लीडर सारे हैगे ने, कोई बदल जाता कोई आ जाता, कोई पार्टी उधर टबूसी मार गया कोई उधर मार गया। तो मैं गल जी करनी है वो सरदार जसपाल सिंह जी सैनी साहब नाल इस करके करनी है कि वह किसी भी पार्टी का जिहड़ा भी चंगा बंदा हैगा जिन्हें करप्शन नहीं की सारे उन्होंने दोस्त ने। खास तौर पर असी जिक्र करिए जे डॉक्टर मनमोहन सिंह उन्होंने जिक्र करते होंने, उन्होंने खास मित्र ने, अज भी उन्होंने उन्होंने गल हों रही है। पंजाब बारे मनमोहन सिंह जी भी बहुत चिंतित ने, तो बाकी होर की हो सकता पंजाब का ये बारे गल करने वास्ते सरदार जसपाल सिंह जी सैनी साहब एल ए तो साढ़े नाल जुड़े है जी। सर जसपाल सिंह जी सत श्रीकाल जी, बहुत बहुत स्वागत जी। एक तो जी पहला तुहाडा बहुत धन्नवाद, तुहाडी हर पार्टी के चंगे बंदिआं नाल तुहाडी दोस्ती है, प्यार मुहब्बत है। नाल नाल प्रगट सिंह उन्हां दी गल करिए तो उन्हां नाल भी तुहाडा काफ़ी सहचार हैगा। सो प्रगट सिंह हुणी जनरल सकत्तर बने ने जी, तो लगता एक चंगा आसार। सो इहदे बारे पहला की कहना चाहुंदे जी प्रगट सिंह दे जनरल सकत्तर बारे? ਜਿਸ ਦਿਨ ਉਹ ਅਨਾਉਂਸ ਕੀਤਾ ਉਸ ਦਿਨ ਮੇਰੇ ਨਾਲ ਗੱਲ ਹੋਈ ਉਹਨਾਂ ਦੀ ਜੀ। ਗੱਲ ਇਹ ਆ ਵੀ ਸਰਦਾਰ ਜਗਤਾਰ ਸਿੰਘ ਗੱਲ ਤਾਂ ਇੱਥੇ ਬੁਕਦੀ ਆ, ਜ਼ਿੰਦਗੀ ਦੋ ਦਿਨ ਦਾ ਮੇਲਾ, ਲੋਕਾਂ ਨੂੰ ਸਮਝ ਨਹੀਂ ਆਉਂਦੀ ਨਾ ਪਰਟ। ਹੁਣ ਜੋ ਹੋ ਰਿਹਾ ਬੜੇ ਦੁੱਖ ਦੀ ਗੱਲ ਹੈ। ਹੁਣ ਇਹੋ ਪ੍ਰਗਟ ਸਿੰਘ ਤੋਂ ਆਸ ਕੀਤੀ ਜਾ ਸਕਦੀ ਹੈ ਚੰਗੇ ਬੰਦਿਆਂ ਨਾਲ ਲੈ ਕੇ ਤੁਰਨਗੇ ਉਹ, ਉਹਨਾਂ ਦੇ ਉਹਨਾਂ ਨੂੰ ਵੀ ਪੰਜਾਬ ਦਾ ਦਰਦ ਹੈਗਾ, ਇਸ ਕਰਕੇ ਸਾਨੂੰ ਆਸ ਚੰਗੀ ਆਸ ਹੈ ਵੀ ਚੰਗਾ ਕੰਮ ਕਰਨਗੇ। ਬਾਕੀ ਲੋਕਾਂ ਨੂੰ ਚਾਹੀਦਾ, ਜ਼ਿਆਦਾਤਰ ਲੋਕਾਂ ਨੂੰ ਚਾਹੀਦਾ ਚੰਗੇ ਬੰਦਿਆਂ ਨੂੰ ਮਾੜੇ ਪਿੰਡ 'ਚ ਕਮੇਟੀਆਂ, ਪਿੰਡ ਮਾੜੇ ਬੰਦੇ ਨੂੰ ਪਿੰਡ 'ਚ ਨਾ ਪਾਉਣ ਜੀ, ਲੋਕਾਂ ਨੂੰ ਕਰਨਾ। ਬਾਕੀ ਗੱਲ ਇਹ ਵੀ ਪੋਲੀਟੀਸ਼ੀਅਨ ਤਾਂ ਆਪਣੇ ਇੰਨਾ ਕੰਮ ਖਰਾਬ ਕਰਤਾ ਹੈ ਜੀ, ਮੈਨੂੰ ਹੁਣ ਨਾਂ ਲੈਣ ਤੋਂ ਮੈਨੂੰ ਗਰੇਜ ਨਹੀਂ ਹੈ। ਕੈਪਟਨ ਨੇ ਤਾਂ ਜੋ ਬਾਦਲਾਂ ਨੇ ਰਾ ਕੇ ਕੀਤੇ ਇਹਦੀ ਖੇਡ ਖੇਡੀ ਆ, ਪੰਜਾਬ ਨੂੰ ਤਾਂ ਨਾਸ ਕਰਤਾ ਹੈ, ਪੰਜਾਬ ਨੂੰ जी। मैं ये तो भी गल जरूर करनी चाहूँगा, पर नाल दी नाल तुसी एक आइडिया तुहाडे नाल वैसे भी जदों जाइए एल ए असी जाइए तो जरूर तुहाडे दर्शन करके आईदे आ, मिल के आईदे तुहानूं, तो बहुत वधिया लगता उदों भी अपनी जिनी देर गल्लां बातां हुंदियां, तो टोटली ज़्यादातर उच्चो गल जिहड़ी आ उह पंजाब दे आले दुआले ही हुंदी आ, की हो सकता की नहीं हो सकता। तो अच्छा हुण इलैक्शनां जिवें आ रहियां ने जी जसपाल सिंह जी, तो इहदे च इक तुसी दस रहे सी वी जे साडे बाहरले लोक जिहड़े ने उह इक ग्रुप बना लैण पिंडां दे आपो अपने पिंड दा, तो उह की हो सकता जी ਜਿਹੜਾ ਤੁਸੀਂ ਦੱਸਦੇ ਸੀ ਉਹ ਥੋੜੇ ਜਿਹਾ ਕਲੀਅਰ ਕਰ ਦਿਓ ਸਾਡੇ ਦਰਸ਼ਕਾਂ ਨੂੰ। ਮੈਂ ਸਾਰੇ ਨਾਰਾਈ ਵੀਰਾਂ ਨੂੰ ਇੱਕ ਬੇਨਤੀ ਕਰਦਾ, ਬਹੁਤ ਜ਼ਰੂਰੀ ਹੈ ਉਹ, ਜੇ ਟਾਈਮ ਲੰਘਿਆ ਫਿਰ ਕੋਈ ਕੰਮ ਟਾਈਮ ਕੋਈ ਵੀ ਕੰਮ ਟਾਈਮ ਸਿਰ ਹੁੰਦਾ ਹੈ, ਜੇ ਕੰਮ ਲੰਘਿਆ ਤਾਂ ਫਿਰ ਫਾਇਦਾ ਕੋਈ ਜੀ। ਹੁਣ ਪਾਇਆ ਆਪਣੇ ਆਪਣੇ ਪਿੰਡ ਨੂੰ ਸਾਂਭ ਲਈਏ ਅਸੀਂ, ਉੱਥੇ ਲੋਕ ਚੰਗੇ ਲੋਕਾਂ ਨੂੰ ਗੱਲ ਕਰੀਏ, ਕੰਟੈਕਟ ਕਰੀਏ, ਉਹਨਾਂ ਨਾਲ ਕਮੇਟੀ ਬਣਾ ਦਈਏ ਪਿੰਡ ਵਿੱਚ, ਉਹਨਾਂ ਕੋ ਵੀ ਆਪਣੇ ਆਤਮਾ ਦੀ ਆਵਾਜ਼ ਸੁਣ ਕੇ ਜਿਹੜਾ ਇਮਾਨਦਾਰ ਬੰਦਾ ਉਹਦੀ ਮਦਦ ਕਰ ਲਈ, ਮਾੜੇ ਬੰਦੇ ਨੂੰ ਪਿੰਡ 'ਚ ਬਣ ਜਾਏਗਾ। ਜੇ ਸਾਰੇ ਅਸੀਂ ਇੰਨਾ ਆਪਣਾ ਪਿੰਡ ਸਾਂਭ ਲਈਏ ਤਾਂ ਬਹੁਤ ਵੱਡਾ ਪੁਰਾਣਾ ਮੂਵਮੈਂਟ ਚਲਾਈਏ, ਕੋਈ ਇੱਦਾਂ ਦੀ ਜਿਹੜੀ ਲੋਕਾਂ ਨੂੰ ਸਮਝ ਆ ਜਾਏ, ਲੋਕ ਪੰਜਾਬ ਨੂੰ ਬਚਾਉਣ ਦੀ ਗੱਲ। ਜੇ ਦੁਬਾਰਾ ਜੋ ਪੋਲੀਟੀਸ਼ੀਅਨ ਜਿਹੜੇ ਪੁਰਾਣੇ ਬੰਦੇ ਆ, ਜੋ ਉਹਨਾਂ ਦੇ ਮਨ 'ਤੇ ਜੋ ਉਹਨਾਂ ਦੇ ਮਨ ਦੇ ਬਾਰਾਤ ਪੂਰੀ ਹੋ ਗਈ ਤਾਂ ਫਿਰ ਤਾਂ ਬਚਣਾ ਹੀ ਕੁਛ ਨਹੀਂ, ਫਿਰ ਤਾਂ ਰਹਿਣਾ ਹੀ ਕੁਛ ਨਹੀਂ। ਹੁਣ ਸਾਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਮੈਂ ਤੁਹਾਨੂੰ ਵੀ ਬੇਨਤੀ ਕੀਤੀ ਸੀ, ਇਕੱਲੇ ਇਕੱਲੇ ਬੰਦੇ ਆਪਣਾ ਆਪਣਾ ਟੈਲੀਫੋਨ ਭੇਜਣਾ, ਆਪਣਾ ਕਿਹੜਾ ਪਿੰਡ ਆ ਉਹਨਾਂ ਦਾ ਭੇਜਣਾ, ਅਤੇ ਆਪਾਂ ਬਲੋਕ ਲੈਵਲ 'ਤੇ ਬਣਾਈਏ, ਫਿਰ ਪਿੰਡ ਲੈਵਲ 'ਤੇ ਬਣਾਈਏ, ਫਿਰ ਬਲੋਕ ਲੈਵਲ 'ਤੇ ਬਣਾਈਏ, ਫਿਰ ਡਿਸਟ੍ਰਿਕਟ ਲੈਵਲ 'ਤੇ ਬਣਾਈਏ, ਕਿੱਦਾਂ ਰੋਡ ਮੈਪ ਬਣਾਈਏ ਜਿਹੜਾ ਕੋਈ ਪੰਜਾਬ ਦਾ ਸਾਡਾ ਜੀ, ਸਾਡਾ ਕੋਈ ਮਤਲਬ ਨਹੀਂ ਹੋਊਗਾ, ਇੱਕ ਨਿੱਕੇ ਪੈਸੇ ਦਾ ਵੀ ਸਾਨੂੰ ਆਪਣਾ ਨਹੀਂ ਹੋਊਗਾ, ਕੋਈ ਪੰਜਾਬ ਲਈ ਪੈਦਾ ਕਰੀਏ, ਪੰਜਾਬ ਦਾ ਕੁਛ ਕਰੀਏ, ਇਹੋ ਜ਼ਿੰਦਗੀ ਦਾ ਸੁਪਨਾ ਹੈਗਾ ਆ। ਜੋ 75 ਸਾਲ ਦੀ ਮੇਰੀ ਉਮਰ ਹੋ ਗਈ, ਹੁਣ ਪਤਾ ਨਹੀਂ ਰੱਬ ਨੇ ਕਿੰਨੇ ਸਾਲ ਦੇਣੇ, ਕੋਈ ਜਾਂਦੇ ਜਾਂਦੇ ਕੋ ਰੱਬ ਦਾ ਭੈ ਰੱਖੀਏ, ਉਹ ਪਰਮਾਤਮਾ ਆਪਣੀ ਮਾਂ ਜਿਹੜੀ ਭੂਮੀ ਆ ਜਿੱਥੋਂ ਆਏ ਮਾਂ, ਉਹ ਹੁਣ ਇੱਦਾਂ ਉਹਨੂੰ ਲਤਾੜਿਆ ਜਾਂਦਾ, ਕੁਛ ਨਹੀਂ ਕਰੀਏ ਕੁਛ ਰੱਖ ਕੇ ਸਾਰੇ। ਮੈਂ ਤੁਹਾਨੂੰ ਵੀ ਸਾਰੇ ਐਨ ਆਰ ਆਈ ਸੁਣਨ ਵਾਲੇ ਵੀਰਾਂ ਨੂੰ ਵੀ ਕਹਿੰਦਾ ਭਾਈ ਸਾਰਾ ਇਹ ਆਪਣਾ ਯੋਗਦਾਨ, ਆਪਣੇ ਬੰਦਿਆਂ ਨੂੰ ਕੰਟੈਕਟ ਕਰੋ, ਉਹਨਾਂ ਨੂੰ ਲਾਈਨ 'ਤੇ ਲਿਆਓ, ਹੁਣ ਫਿਰ ਤੋਂ ਜ਼ਿਆਦਾ ਮਾੜਾ ਕੀ ਜੀ, ਕਿਤੇ ਮੁਰਖ ਗਵਰਨਮੈਂਟ ਦੀ ਆ ਗਈ ਫੇਰ ਤਾਂ ਬਦਮੀ ਹੈ।
बिल्कुल जी, क्योंकि पिछले साल जो पिछला बिल्कुल क्लीयर हो गया पिछलियाँ इलैक्शन के BJP तो अकाली दल ने बिल्कुल शरेआम ही कहता सभी आम आदमी पार्टी जितनी चाहिए उन्होंने वोटा तो कांग्रेस में पा दौ। यून बहुत क्लीयर नरेश गजराल ने भी कहता सारे गल क्लीयर होगी, पर तुहाडा आइडिया जसपाल सिंह जी बहुत वधिया है कि असं जिन्हें बाहर बैठे ने मैं अपने पिंड का पहला ग्रुप बनावा भाई मेरे पिंड के जोड़े इस है फेसबुक पर लिखो इस पिंड के जोड़े है मैं इनबॉक्स के अपना अपना नंबर सेंड करो तो वह ग्रुप बना पिंड तो बाद फिर ब्लॉक लैवल का जिवें किया ब्लॉक लैवल तो बाद फिर डिस्ट्रिक्ट लैवल का फिर अच्छा ये गल होगी ठीक है परमात्मा करे ये अपनी मुहिम बन जाए एक असी जी गल अज शुरू की है वो मुहिम बन जाए तो वाकई पंजाब का कोई भला हो जाए। पर ये है जी चंगे बंदियां दी असी गल करते भी चंगे बंदियां दी सपोर्ट करो बाकियों नूं वड़न ना दिओ पिंड दे विच ईवन ये गल असी करते हैं पर चंगे बंदे हर पार्टी के ही हो सकते हैं तो पर जे हूँ हर पार्टी के चंगे बंदे चुन ले तो फिर उ रह गया जी पंजाब 10 ML वो भी तीह वो तो पंजाब का तो फिर उत्थे ही रह गया काम ये बारे थोड़ा कहना इदा नहीं होनी गल जो सारिया पार्टी दौड़ भजाउ पाएगा फिर तो कोई फायदा ही नहीं है। हम मैं तुम्हें एक गल दसन लगा जी मैं इनफोरमेशन मिली आ कैप्टन साहब की पूरी कोशिश है कि सुखबीर बादल बन जाए। हाँ जी ये तो होएगी क्योंकि जो नहीं बन सकते बड़े चंगे वधिया बंदे हो तुहाडी मैं बहुत रिस्पेक्ट करदा अपने लोगों को कहो भी अपना टेलीफोन ते अपना पिछला पिंड दसन के फिर मैनू दे दें तुहानू दे तुसी मैनू दे दिओ ये बहुत जरूरी है। बाकी गल कौन की करता कौन नहीं करता यहाँ गलत करने में सारे को टाइम आऊगा पहले अपना इदा की कोई मूवमेंट चलाइए इदा की कोई मूवमेंट हो पंजाब नू बचा जी। बहुत वधिया आइडिया और मैं अज ही साडे दर्शकों को अनाउंस कर दिंदा मेरा नंबर जिहड़ा को सारा को हैगा तकरीबन जिन्ने दर्शक ने मैं रोज़ नंबर अनाउंस हुंदा टीवी ते आउंदा भी है 209-450-3362 तो मेरे नंबर से अपना पिंड तो फोन नंबर तुहाडा आ ही जाणा नाम तो पिंड अगर लिख के भेज दूँ तो असी इहनू एक बकायदा बना के असी किसी पार्टी की गल नहीं करनी असी पंजाब की गल करनी है कि पंजाब नूं सारे जणे मिल के आपां फिर इत्थे इदां जिद्दां हुण जसपाल सिंह जी गल कर रहे ने मेरे नाल तुसीं भी सारे आपो अपने पिंड वल्लों गल करो तो फिर कोई ना कोई चंगा पंजाब वास्ते रुझान शुरू होवे ते बंदे चंगे जिहड़े ओह मूहरे आउण ते हुण असीं गल करिए जी आपां जिवें गल करदे आ वी चंगे बंदियां नूं मूहरे आउण दी गल करदे आ ते नवजोत सिंह सिद्धू दे चलो असीं इह गल करिए प्रगट सिंह हुण बड़े चंगे बंदे ने होर पार्टियां दे विच वी कई चंगे बंदे हैगे ने नवजोत सिंह सिद्धू दी गल करिए तां नवजोत सिंह सिद्धू प्रगट सिंह इहनां दे काफ़ी नेड़े हैगे ने ते की नवजोत सिंह सिद्धू जिहड़े प्रधान बनण तों बाद स्पीच उह दे रहे ने उह सही है उहदे नाल पंजाब दा कोई फायदा हो सकदा जी तुहाडी की राय दे बारे गल आई नवजोत सिंह सिद्धू मैं एक प्रगट सिंह गल कही थी उन्होंने कहो भी बोल घट। हाँ जी बोलना घट कर दे कर कम कर कुछ क्योंकि हुण नवजोत सिंह सिद्धू हाथे को हुआ ता ही करूगा। हाँ जी है कैप्टन दे मैं उन्होंने कहा जो तुम कराओ हूँ जो कराओ हूँ ठीक है पार्टी ने ऑर्गेनाइज करो लोगों को दसो कुछ ना कुछ लोग मांग ता ही तुरन गए जो लोगों को कराओ कुछ। हाँ जी लोगों को दसोगे तुम की हूँ जो गल सारी हम प्रगट सिंह की गल है प्रगट सिंह परखिया बंदा आ। हाँ जी पहले बनाते थी अपने दूजा पार्लीमेंट सैकटरी बनया नहीं हो जी फिर होनी भी उन्होंने कोई इदा का किया मुद्दे पूरे करो आप कुर्सी तो क्या हूँ भी मेरी गल होंगी रही प्रगट सिंह कहता भी मैंने उन्हें कहा अंकल जी भी असं तो पूरी कोशिश करा हम देखो कि लोगों की मर्जी लोग ज्यादा चुका क्योंकि जे हूँ सारे सोच लैन जो परखे बंद है जो हम पहलो ना ला गए लुटा मारा उन्होंने दोबारा कहो मुड़के उन्होंने जो दोबारा बन गए फिर तो कम खराब है जो चंगे बंदे कहो चंगे बंदे गरंटी दे के बंदे लियाओ जे हम प्रगट सिंह जी अगर मैं लगता है कि इन्होंने थोड़ी आस हैगी बाकी मैं होर किसी पास आस नहीं है जे चंगे बंदे है बाकी पार्टी जो पर जे थोड़े बंदे है तो उन्होंने कोई गल मुक्त नहीं होनी फिर जो माड़े ज्यादा हुए कि जे हूँ चंगे अगे आए चंगे लगे रहे क्योंकि मेरे ना गल हुई है वो कहते मैं तो माड़े बंदे नही मिला के रहा पार्टी ठीक है मतलब बहुत
नवजोत सिद्धू बोल ज्यादा जाते हैं पर यहो जे तो कोई उन्होंने भी नहीं है उन्होंने कोई इदा का इल्जाम नहीं इमानदारी का बेजा बेजा को इल्जाम नहीं है उत्ते उत्ते नवजोत सिंह सिद्धू तो ठीक है हर बंदे का अपना अपना है जो कुदरत ने बनाता उदा बने वैसे कट्टर इमानदार जा सकती है नाम सियाणा है प्रगट सिंह बहुत सियाण है फालतू गल नहीं करता किसी माड़ा नहीं कहता किसी बंद माड़ा नहीं कहता जिहड़ी चंगी सोची जिहड़ी सही गल उही करता क्योंकि वह सही चोण की बहुत चंगी गल है लोगों को चाहिए कि सारे पिंड की कमेटियां वाला जो उन्होंने कॉन्टैक्ट कर भाई सोचो कुछ अस भी तुहाडे नाल आ सोचो कुछ पंजाब दा करो कुछ जी पंजाब की गल है तो जी आप गल करते जी इन्हों की प्रगट सिंह ने होनी नवजोत सिद्धू होनी चलो जे लोग मौका देंगे या चंगे बंदे अगे आते तो बड़ी चंगी गल है एक मैं जरूर साढ़े दर्शकों वास्ते जानना चाहवागा जी तुहाडी गल डॉक्टर मनमोहन सिंह होना भी होंगी रही अक्सर फोन तो पिछे जे उन्होंने मिल के भी आयो जाके आयो इंडिया से अच्छा उन्हों की पंजाब बारे की सोच है जी उन्हों की नवजोत सिद्धू बारे की सोच है दरअसल वह हूँ मेरे ना गल करते कहते कि मैं बिल्कुल मैंने पूछे तो कोई ता मैं गल करता अच्छा मैं नहीं गल करता मैं को गल करे तो उदन वो जिदन मैं प्रगट सिंह क्या तेन ठोका गए उदन उन्होंने मैं कर किया माड़ी कहते उन्हें क्या बड़ी माड़ी गल मैं उन्हें पता नहीं कन्वे की कि नहीं की मैंने पक्का नहीं पता वैसे उन्हें फील बड़ी की गल कि उन्होंने पंजाब का दर्द बड़ा उन्होंने इमरान खान जो आया बेशक बाकिया ने टिकन की टिकट नहीं दिता बाकी होर पार्टियां ने पर उन्हें तब्दीली बहुत लियांदी है कोई शक नहीं पाकिस्तान का सुधार काफ़ी होया इमरान खान के आने तो बाद सो लगता पंजाब दे विच भी अगर नॉन पोलीटिकल लोग अगे आउंदे आ ईवन जिन्हां दे विच मैं समझदा भगवंत मान भी आ गया या होर जिहड़े लोग हैगे ने बहुत सारे तो उन्होंने पंजाब का फायदा हो सकता फायदा तो होना चंगे बंदे का फायदा ही होना है जे जिहड़े ते प्लेयर हैगे आ ओह पॉलिटिशियन नहीं हैगे प्रगट सिंह प्लेयर आ ते नवजोत सिंह सिद्धू भी प्लेयर आ ओह बंदे नाल होणगे बाकी रंधावा साहब का खून है रविजिंदर सिंह मैं ज्यादा मिलने का मौका तो नहीं मिलया होना पर रंधावा साहब जिहड़े सी उदां दा पॉलिटिशियन होना ही नहीं अगे मैं तुहानूं दस्सिया सी जिहड़े एससी दे नेड़े तेड़े जिहड़े लोकां नूं पता होवे जसवंत सिंह का बड़ा नाँ है जिहड़े डी अपने नूरमल एस एच ओ सी जिन्हें 4 लाख रुपया पा दिया अच्छा जी इदां दे बंदे हैगे आ इमानदार बंदिआं दी अपनी रिस्पैक्ट हैगी अपना अपनी वैल्यू औरां दी उहनां दी वैल्यू थोड़ो घटा सकदा ਜਿਹੜੇ ਇਮਾਨਦਾਰ ਬੰਦੇ ਆ ਪ੍ਰਗਟ ਸਿੰਘ ਇਮਾਨਦਾਰ ਆ ਉਹਨੂੰ ਕੋਈ ਕੁਰਸੀ ਥੋੜੂ ਗਾ ਲਿਆ ਹਾਂਜੀ ਉਹਨੂੰ ਤਾਂ ਦਰਦ ਹੈਗਾ ਇਹਨਾਂ ਨੂੰ ਦਰਦ ਆ ਬਿਲਕੁਲ ਜੀ ਬਿਲਕੁਲ ਇੱਕ ਕੰਮ ਸੂਤੀ ਤਾਂ ਆਉਣਾ ਜੀ ਜਦੋਂ ਦਰਦ ਵਾਲੇ ਬੰਦੇ ਅੱਗੇ ਆਉਣਗੇ ਅਤੇ ਤੁਹਾਡਾ ਆਈਡੀਆ ਬਹੁਤ ਵਧੀਆ ਜੀ ਇੱਕ ਵਾਰ ਫਿਰ ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦੇਵਾਂ ਜਸਪਾਲ ਸਿੰਘ ਜੀ ਦਾ ਕਹਿਣਾ ਕਿ ਆਪਣੇ ਪਿੰਡ ਲੈਵਲ ਦੇ ਇੱਥੇ ਬੈਠ ਕੇ ਕਮੇਟੀ ਆਪਣੇ ਆਪ ਕਮੇਟੀਆਂ ਬਣਾਓ ਜਿਹੜੇ ਜਿਹੜੇ ਤੁਹਾਡਾ ਜਿਹੜਾ ਜਿਹੜਾ ਪਿੰਡ ਹੈਗਾ ਉੱਥੇ ਲੋਕਾਂ ਨਾਲ ਸੰਪਰਕ ਕਰਕੇ ਅਤੇ ਜਿਹੜੇ ਵੀ ਪਿੰਡ ਦੇ ਵਿੱਚ ਕੁਝ ਉਹ ਲੱਗਦੇ ਵੀ ਚੰਗੇ ਬੰਦੇ ਅੱਗੇ ਆ ਕੇ ਕੰਮ ਕਰ ਸਕਦੇ ਨੇ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚੋਂ ਬਣਨੀ ਚਾਹੀਦੀ ਆ ਕਿਉਂਕਿ ਮੇਰੇ ਹਿਸਾਬ ਦੇ ਨਾਲ ਜੀ ਜਿੰਨਾ ਅਸੀਂ ਇੱਧਰ ਬੈਠੇ ਸੋਚਦੇ ਹਾਂ ਤਾਂ ਉਨਾ ਪੰਜਾਬ ਦੇ ਲੋਕ ਨਹੀਂ ਬਾਹਲਾ ਸੋਚਦੇ ਉਹਨਾਂ ਨੂੰ ਤਾਂ ਹੈਂਡ ਟੂ ਮਾਊਥ ਦੀ ਗੱਲ ਆ ਜਿਹਨੇ ਸਰਪੰਚ ਨੇ ਜਿਹਨੇ ਕੋਈ ਹੈਲਪ ਕਰਤੀ ਠਾਣੇ ਠੂਣੇ ਦੇ ਵਿੱਚ ਕਚਹਿਰੀ 'ਚ ਉਹਨਾਂ ਨੇ ਸਰਪੰਚ ਦੇ ਕੇ ਵੋਟਾਂ ਪਾ ਲੈਣੀਆਂ ਆਮ ਤੌਰ 'ਤੇ ਇਹ ਵੀ ਜ਼ਿਆਦਾ ਚੱਲਦਾ ਇਹ ਵੀ ਗੱਲ ਠੀਕ ਹੈ ਤੁਹਾਡੀ ਪਰ ਲੇਕਿਨ ਹੁਣ ਜੇ ਇੰਨਾ ਦੁੱਖ ਯਾਰ ਜਗਤਾਰ ਸਿੰਘ ਇੰਨੀ ਗੱਲ ਹੁਣ ਦੇਖੋ ਉੱਥੇ ਡਰੱਗ ਕਿੱਦਾਂ ਵਿਕਦੀ ਹੈ ਹਾਂਜੀ ਹੋਹਾਂ ਲੋਕੀ ਕਰਨ ਲੋਕਾਂ ਦਾ ਥੋੜ੍ਹਾ ਕਸੂਰ ਲੋਕਾਂ ਨੇ ਰੋਟੀ ਖਾਣੀ ਹੈ ਜੇ ਲੋਕਾਂ ਨੂੰ ਜੋਬਾਂ ਹੋਣ ਕਿਉਂ ਹੋਹਾਂ ਕਰਨਗੇ ਉਹ ਹਾਂਜੀ ਕਿਉਂ ਪਰਾਂ ਕਰਨਗੇ ਕਿਉਂਕਿ ਸਰਕਾਰ ਦਾ ਕਸੂਰ ਹੈ ਇਹ ਤਾਂ ਹੁਣ ਬਿਲਕੁਲ ਇਹ ਤਾਂ ਫਿਰ ਉਹੀ ਵਾਰ ਵਾਰ ਗੱਲ ਕਰੀਏ ਬਹੁਤਾ ਚੰਗਾ ਨਹੀਂ ਲੱਗਦਾ ਖਜ਼ਾਨੇ ਜੇ ਪੈਸਾ ਜਾ ਨਹੀਂ ਦਿੱਤਾ ਹੁਣ ਜੇ ਬੱਸਾਂ ਪਈਆਂ ਹੁਣ ਇਹਨੇ ਆਪਣੇ ਸੁਖਨਾ ਉਹ ਮਹਿਰ ਬਣਾ ਲਿਆ ਉਹਦੇ ਸੁਖਨਾ ਫਾਰਮ ਬਣਾ ਲਿਆ ਲੋਕਾਂ ਨੂੰ ਕੀ ਲੋਕਾਂ ਨੂੰ ਇਹਨਾਂ ਗੱਲਾਂ ਦਾ ਉਹਨਾਂ ਤਾਂ ਆਪਣੇ ਲਈ ਬਣਾਇਆ ਲੋਕਾਂ ਲਈ ਕੀ ਕੀਤਾ ਹਾਂਜੀ ਲੋਕਾਂ ਲਈ ਕੀ ਕੀਤਾ ਮੁੱਖ ਦੀ ਗੱਲ ਤੇ ਇਹੀ ਆ ਜਿਹੜਾ ਲੋਕਾਂ ਲਈ ਕਰੂਗਾ ਕੁਛ ਉਹਦੇ ਕੀ ਕਰਨੀ
बिल्कुल जी बिल्कुल, ते तुहाडा बहुत धन्नवाद जी, बहुत वधिया गल्लां। तां असीं गाहे वगाहे जी इदां दा सैशन इक रख्या करांगे, गल्लबात रख्या करांगे जिहदे नाल पंजाब दी गल होवे, ते जरूर असीं रखांगे अगे तो भी। और एक बार फिर साडे दर्शकां नूं मैं दस देवां वी पिंड लैवल दीआं गल्लां जिवें इहनां ने कीती है, एक चाहे वट्सएप ग्रुप बना लो, चाहे मैनू नंबर आपो अपने पिंड दा सैंड कर दिओ, पिंड दा नाम ते अपना नाम, ते असीं उहनूं सारे इकट्ठे करके जिथे भी कोई पंजाब दी गल हुंदी है, जिथे भी चंगे बंदे हैगे ने उहनां दी गल असीं जरूर करांगे। ते सर जसपाल सिंह जी ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਜੀ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬ ਪੰਜਾਬ ਦਾ ਭਵਿੱਖ ਚੰਗਾ ਹੋਵੇ, ਇਹ ਆਸ ਕਰਦੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਜਸਪਾਲ ਸਿੰਘ ਜੀ ਸੀਗੇ ਜੀ, ਇਹ ਐਲਏ ਤੋਂ, ਅਸੀਂ ਜਦੋਂ ਵੀ ਉੱਧਰ ਜਾਈਏ ਤਾਂ ਜ਼ਰੂਰ ਦਰਸ਼ਨ ਮੇਲੇ ਕਰੀਦੇ ਆ, ਔਰ ਦੋ ਦੋ ਤਿੰਨ ਤਿੰਨ ਘੰਟੇ ਬੈਠ ਕੇ ਇਹੀ ਗੱਲਾਂ ਹੁੰਦੀਆਂ, ਪੰਜਾਬ ਦੀਆਂ ਗੱਲਾਂ ਹੁੰਦੀਆਂ। ਸੋ ਹੁਣ ਪੰਜਾਬ ਦੇ ਹਾਲਾਤ ਇਹ ਹੋ ਗਏ ਨੇ ਫਿਲਹਾਲ, ਕਾਨੂੰਨ ਦੀ ਅਗਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਨੇ ਪੋਸਟਾਂ ਪਾਈਆਂ ਨੇ ਕਿ ਦੁਪਹਿਰ ਨੂੰ ਆਪਦੇ ਘਰਾਂ ਦੇ ਅੰਦਰੋਂ ਕੁੰਡੇ ਲਾ ਕੇ ਬੈਠੋ, ਬਾਹਰੋਂ ਕੋਈ ਬਿੱਲ ਮਾਰੋ ਤਾਂ ਉੱਨੀ ਦੇਰ ਖੋਲ੍ਹੋ ਨਾ, ਦੇਖੇ ਬਿਨਾਂ ਜੇ ਨਹੀਂ ਬੰਦਾ ਜਾਣਦਾ ਤਾਂ ਖੋਲ੍ਹੋ ਨਾ, ਬੱਚਿਆਂ ਨੂੰ ਇਕੱਲੇ ਬਾਹਰ ਨਾ ਭੇਜੋ, ਇਹ ਹਾਲਾਤ ਹੋ ਗਏ ਨੇ ਕਿਉਂਕਿ ਉੱਥੇ ਹਾਲਾਤ ਕਾਫੀ ਵਿਗੜੇ ਹੋਏ ਨੇ ਲੋਕਾਂ ਨੂੰ। ਇੱਕ ਤਾਂ ਕਰੋਨਾ ਕਰਕੇ ਕੰਮ ਕਰ ਹੈ ਨਹੀਂ, ਅਤੇ ਦੂਜਾ ਇਹ ਨਸ਼ੇ ਜਿਹੜੇ ਲੋਕ ਕਰਦੇ ਨੇ ਉਹ ਫਿਰ ਘਰਾਂ ਦੇ ਵਿੱਚ ਆ ਕੇ ਕੋਈ ਨਾ ਕੋਈ ਕੋਈ ਕੁਛ ਵੀ ਗਲਤ ਕਰ ਸਕਦੇ ਆ। ਸੋ ਇਸ ਕਰਕੇ ਵਿਚਾਰ ਰੱਖਣ ਦੀ ਲੋੜ ਹੈ। ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ। ਇੱਕ ਵਾਰ ਫਿਰ ਮੈਨੂੰ ਗੱਲ ਬੜੀ ਵਧੀਆ ਲੱਗੀ ਜਸਪਾਲ ਸਿੰਘ ਜੀ ਦੀ, ਵੀ ਇੱਦਾਂ ਦਾ ਕੁਛ ਹੋ ਸਕਦਾ ਕਿਉਂਕਿ ਸਾਰੇ ਹੀ ਪੰਜਾਬ ਵਾਸਤੇ ਚਿੰਤਤ ਹੈਗੇ, ਆਪਾਂ ਬਹੁਤ ਘੱਟ ਲੋਕ ਐਸੇ ਹੋਣਗੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਜਿਨ੍ਹਾਂ ਦਾ ਕੋਈ ਨਿੱਜੀ ਫਵਾਦ ਹੋਊਗਾ, ਜਿਹਨਾਂ ਨੂੰ ਕੋਈ ਨਿੱਜੀ ਲਾਭ ਚਾਹੁੰਦੇ ਹੋਣਗੇ, ਪੰਜਾਬ ਦਾ ਹੀ ਸਾਰੇ ਜ਼ਿਆਦਾ ਸੋਚਦੇ ਨੇ। ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ, ਕੀ ਵਿਚਾਰ ਨੇ ਤੁਹਾਡੇ ਜਾਣਦੇ ਹਾਂ ਜੀ, ਉਸ ਤੋਂ ਬਾਅਦ ਫਿਰ ਅਗਲੀ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਡਾਕਟਰ ਬਾਜਵਾ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਹਾਂਜੀ, ਮੈਂ ਤੁਸੀਂ ਆ ਜਿਹੜੀ ਗੱਲਬਾਤ ਕਰ ਰਹੇ ਸੀ ਪੰਜਾਬ ਦੀ, ਜੀ ਦੇਖੋ ਮਸਲਾ ਹੈ ਬਹੁਤ ਗੰਭੀਰ ਜੀ। ਅੱਜ ਦੇ ਦਿਨ ਚ ਪੰਜਾਬ ਦੇ ਮਾਲਕ ਜ਼ਿਆਦਾ ਹੋ ਗਿਆ ਤੇ ਪੰਜਾਬ ਛੋਟਾ ਹੋ ਗਿਆ ਜੀ। ਬਿਲਕੁਲ ਜੀ ਡਾਕਟਰ ਸਾਹਿਬ। ਹਾਂਜੀ, ਮੇਰਾ ਕਹਿਣ ਤੋਂ ਇਹ ਭਾਵ ਹੈ ਵੀ ਆਪਾਂ ਅਲਫਾਬੈਟਿਕਲੀ ਤੋਂ ਲੈ ਕੇ ਜੀ ਏ ਤੋਂ ਲੈ ਕੇ ਜ਼ੀ ਤੱਕ ਗਿਣੀਏ ਜੀ, ਤੇ ਪਹਿਲਾਂ ਸ਼ੁਰੂ ਹੁੰਦਾ ਏ, ਏ ਦੇ ਵਿੱਚ ਆ ਗਿਆ ਅਕਾਲੀ, ਅੱਗੋਂ ਆ ਗਿਆ ਆਪ ਜੀ, ਤੇ ਤਿੰਨ ਅਕਾਲੀਆਂ ਦੇ ਗਰੁੱਪ ਹੋਰ ਪਾਰਟੀਆਂ ਬਣੀਆਂ ਪਈਆਂ, ਪੰਜ ਤਾਂ ਏ ਤੇ ਹੀ ਹੋ ਗਈਆਂ। ਹਾਂਜੀ ਬਿਲਕੁਲ ਜੀ। ਹੁਣ ਬੀ ਤੇ ਚੱਲੋ ਬੀਜੇਪੀ, ਬੀ ਐਸ ਪੀ, ਹਾਂਜੀ ਜੇ ਕੋਈ ਕਦੀ ਹੋਰ ਹੋਵੇ ਤੇ ਮੈਨੂੰ ਪਤਾ ਨੀ, ਇਹ ਹੋ ਗਈਆਂ ਸੱਤ। ਸੀ ਤੇ ਹੋ ਗਈ ਕਾਂਗਰਸ, ਹਾਂਜੀ ਸੀ ਤੇ ਹੋ ਗਏ ਥੋੜੇ ਹਲੇ ਕਾਂਗਰਸ ਵੀ ਤੁਰੇ ਫਿਰਦੇ, ਸੀ ਪੀ ਐਮ ਸੀ ਪੀ ਆਈ ਹੋ ਗਏ। ਹਾਂਜੀ ਹਾਂ ਸੀ ਪੀ, ਚਲੋ ਮੇਰਾ ਕਹਿਣ ਦਾ ਮਤਲਬ ਅੱਗੇ ਹੋ ਦੇਖੋ, ਹੁਣ ਆਪਾਂ ਆਉਣੇ ਜਿਹੜੀਆਂ ਮੇਜਰ ਪਾਰਟੀਆਂ ਵਾ ਕਾਂਗਰਸ ਤੇ ਅਕਾਲੀ ਜੀ ਆਪ, ਹੁਣ ਦੇਖੋ ਉੱਤੋਂ ਜਿਹੜੀ ਹਾਈ ਕਮਾਂਡ ਹੈ ਚੰਗੀ ਹੈ ਚਾਹੇ ਮਾੜੀ ਹੈ ਕਾਂਗਰਸ ਦੀ, ਉਹਨਾਂ ਨੇ ਅਗਰ ਸਿੱਧੂ ਨੂੰ ਬਣਾਇਆ ਹੈ ਜੀ, ਤੇ ਸਿੱਧੂ ਦੇ ਜ਼ਿਆਦਾ ਬੋਲਣ 'ਚ ਲੋਕਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ, ਇਹ ਮੇਰੇ ਆਪਣੇ ਮਨ ਦਾ ਵਿਚਾਰ ਹੈ। ਠੀਕ ਹੈ ਜੀ, ਮਤਲਬ ਨਹੀਂ ਜਿੱਦਾਂ ਥੋੜ੍ਹਾ ਜਿਹਾ ਇਹ ਲੱਗਦਾ ਵੀ ਜਿਵੇਂ ਉਹ ਸ਼ਬਦਾਵਲੀ ਉਹ ਹੀ ਆ, ਉਹ ਕਹਿੰਦਾ ਸੀ ਮੈਂ ਖੁੰਡਾ ਫੇਰੂੰਗਾ, ਉਹ ਕਹਿੰਦਾ ਸੀ ਮੈਂ ਪੁੱਠੇ ਟੰਗੂੰਗਾ, ਇਹ ਕਹਿੰਦਾ ਮੈਂ ਠੋਕੂੰਗਾ, ਇਹ ਗੱਲ ਸੀ ਨਹੀਂ ਭਾਜੀ। ਦੇਖੋ ਚੀਜ਼ ਇਹ ਹੁੰਦੀ ਹੈ, ਹਾਂਜੀ ਜਦੋਂ ਕੋਈ ਵੀ ਸਪੀਕਰ ਬੋਲਦਾ ਨਾ, ਹਾਂਜੀ ਤੁਸੀਂ ਉਹਦੇ ਥੋੜ੍ਹੇ ਜਿਹੇ ਲਫ਼ਜ਼ ਛੱਡ ਕੇ ਬਾਕੀ ਉਹਦੀਆਂ ਬੰਨਾਂ, ਉਹਦੇ ਫੇਸ ਦਾ ਐਕਸਪ੍ਰੈਸ਼ਨ, ਉਹਦੀ ਗੱਲ ਚ ਕੋਈ ਸਿੰਸੈਰਿਟੀ ਲੱਗਦੀ ਹੈ, ਬਿਲਕੁਲ ਕਿਆ ਉਹਦੀਆਂ ਗੱਲਾਂ ਚ ਕੋਈ ਪੰਜਾਬ ਦਾ ਦਰਦ ਹੈ, ਬਿਲਕੁਲ ਬਿਲਕੁਲ। ਅੱਛਾ ਹੁਣ ਜਿਹੜੇ ਠੋਕਣਾ ਚੁੱਕਾਂਗੇ ਪੱਟੇ ਚੁੱਕ ਦੋ, ਉਹ ਇੱਕ ਆਪਣੀ ਪੰਜਾਬੀ ਲੈਂਗੁਏਜ ਦੀਆਂ ਉਹ ਗੱਲਾਂ। ਅੱਛਾ ਹੁਣ ਮੈਂ ਇੱਥੋਂ ਅੱਗੇ ਆਉਣ ਲੱਗਾ ਜੀ, ਹੁਣ ਸਿੱਧੂ ਸਾਹਿਬ ਨੇ ਅੱਜ ਉਹਨਾਂ ਨੂੰ ਬਣਾਇਆ ਪ੍ਰਗਟ ਸਿੰਘ ਨੂੰ, ਬਹੁਤ ਹੀ ਅੱਛਾ ਸਟੈਪ ਹੈ ਜੀ, ਪ੍ਰਗਟ ਨਾਲ ਦਾ ਕੋਈ ਬੰਦਾ ਸਲਾਹਕਾਰ ਵੀ ਜਿਹੜੇ ਲਏ ਜੀ ਉਹਨਾਂ ਨੇ ਚਾਰ, ਮਤਲਬ ਬਹੁਤ ਸਿਆਣ। ਹਾਂਜੀ, ਹੁਣ ਚੀਜ਼ ਇਹ ਹੈ ਕਾਂਗਰਸ ਨੂੰ ਕਾਂਗਰਸ ਦੇ ਵਿੱਚ ਹੀ ਜਿੰਨੀ ਛੇਤੀ ਇਹਦਾ ਫੈਸਲਾ ਕਰ ਲੈਂਦੇ ਆ ਉਹਦਾ ਫਾਇਦਾ, ਤੇ ਕਾਂਗਰਸ ਨੂੰ ਜੇ ਹਰਾਇਆ ਤੇ ਅਕਾਲੀਆਂ ਨੇ ਜਾਂ ਲੋਕਾਂ ਨੇ ਨਹੀਂ ਹਰਾਉਣਾ, ਕਾਂਗਰਸ ਨੇ ਹਰਾਉਣਾ। ਹਾਂ, ਅੱਛਾ ਇੱਥੋਂ ਮੇਰੇ ਕਹਿਣ ਦਾ ਇਹ ਭਾਵ ਹੈ ਜੀ, ਬਿਲਕੁਲ ਜੇ ਸਿੱਧੂ ਨੇ ਅੱਗੇ, ਕਿਉਂਕਿ ਜਿਵੇਂ ਆਮ ਲੋਕ ਸੋਚਦੇ ਆ ਜਿੱਦਣ ਬਣਿਆ ਸੀ, ਤੇ ਇਹਦੇ ਵਾਸਤੇ ਅਗਰ ਕਾਂਗਰਸ ਦੇ ਵਿੱਚ
ਆਪਣੇ ਕਪਤਾਨ ਸਾਹਿਬ ਸਿੱਧੂ ਨੂੰ ਸਪੋਰਟ ਨਹੀਂ ਕਰਦੇ, ਅੱਜ ਸਿੱਧੂ ਸਾਹਿਬ ਦਾ ਪਹਿਲਾ ਸਵਾਲ ਇਹ ਹੋਣਾ ਚਾਹੀਦਾ ਹਾਈ ਕਮਾਂਡ ਨੂੰ, ਬਈ ਸਾਨੂੰ ਤੁਸੀਂ ਇਹ ਦੱਸੋ ਜਿਹੜੀ ਕਿ ਮੀਡੀਆ 'ਚ ਆਉਣ ਦੀ ਲੋੜ ਨੇ, ਬਈ ਅਗਲੀ ਕਮਾਂਡ ਕਿਹਦੇ ਹੱਥ 'ਚ ਹੈ, ਮੈਨੂੰ ਤੁਸੀਂ ਕਾਹਦੇ ਵਾਸਤੇ ਬਣਾਇਆ। ਹਾਂਜੀ, ਸੋ ਅਗਰ ਅਮਰਿੰਦਰ ਸਿੰਘ ਜੀ ਵਿੱਚ ਰਹਿ ਕੇ ਅਗਰ ਉਹ ਆਰਗੇਨਾਈਜੇਸ਼ਨ ਨੂੰ ਸਪੋਰਟ ਨਹੀਂ ਕਰਦੇ ਤੇ ਫਿਰ ਉਹ ਕਹਿੰਦੇ ਕਾਂਗਰਸੀ ਹੈ। ਬਿਲਕੁਲ ਬਿਲਕੁਲ, ਇਹਦਾ ਮੇਰੇ ਖਿਆਲ ਦੇਖੋ ਹਾਈ ਕਮਾਂਡ ਹੈ, ਜੇ ਉਹ ਇੱਕ ਕਲੀਅਰ ਮੈਸੇਜ ਨਹੀਂ ਦੇ ਸਕਦੇ ਸੋ ਸਿਆਸਤ ਹੁਣ ਲੁਕਵੀ ਨਹੀਂ ਰਹਿ ਗਈ। ਬਿਲਕੁਲ ਜੀ ਬਿਲਕੁਲ, ਸੋ ਮੇਰਾ ਤਾਂ ਇਹੀ ਇੱਕ ਹੈ। ਤੇ ਡਾਕਟਰ ਸਾਹਿਬ, ਹਾਂਜੀ, ਤੇ ਜਿਹੜੀ ਆਹ ਜਸਪਾਲ ਸਿੰਘ ਉਹਨਾਂ ਨੇ ਆਈਡੀਆ ਦਿੱਤਾ ਵੀ ਪਿੰਡ ਲੈਵਲ ਤੇ ਆਪਣੀਆਂ ਕਮੇਟੀਆਂ ਬਣਾ ਕੇ ਆਪ NRI ਕੁਝ ਕਰਨ ਤੇ, ਉਹਦਾ ਕੋਈ ਫਾਇਦਾ ਹੋ ਸਕਦਾ? ਉਹ ਤੇ ਇੱਕ ਬਹੁਤ ਹੀ ਅੱਛਾ ਆਈਡੀਆ ਹੈ ਜੀ, ਪਰ ਮੈਂ ਤੁਹਾਨੂੰ ਇੱਕ ਫਾਈਨਲ ਗੱਲ ਦੱਸਦਾ ਜੀ। ਇੱਕ ਚੀਜ਼ ਨੂੰ ਲੋਕ ਭੁੱਲ ਰਹੇ ਆ ਜੀ, ਬਈ ਭਗਵੰਤ ਜਿਹੜਾ ਮਾਨ ਹੈ ਨਾ ਜੀ, ਉਹ ਵੀ ਇੱਕ ਫੋਰਸ ਹੈਗੀ ਆ ਪੰਜਾਬ 'ਚ। ਹਾਂਜੀ, ਇਹ ਵੇਖੋ ਕਿ ਐਤਕਾਂ ਉਹ ਕਿਹਦੇ ਨਾਲ ਜਾ ਕੇ, ਕਿਉਂਕਿ ਇਕੱਲਿਆਂ ਉਹਨਾਂ ਦਾ ਕੱਖ ਨਹੀਂ ਸਰ ਨਹੀਂ ਹੋਣਾ ਜੀ। ਔਰ ਕੋਈ ਐਸੀ ਗੱਲ ਨਹੀਂ ਹੈ ਕਿ ਜਿਹੜੀ ਕਾਂਗਰਸ ਹੈ ਸਾਰੀ ਰਲ ਕੇ ਔਰ ਕੋਈ ਉਹੋ ਜਿਹੀ ਇੱਕ ਪਾਰਟੀ ਨਹੀਂ। ਹੁਣ ਸਟੇਜ ਇਹ ਬਾਜਵਾ ਸਾਹਿਬ ਹੈਗੀ ਆ, ਕਾਂਗਰਸ ਨਾਲ ਵੀ ਕਰ ਸਕਦੇ ਹੋ, ਕਰ ਲੈਣ ਤਾਂ ਕੋਲੈਬੋਰੇਸ਼ਨ, ਬੰਦੇ ਚੰਗੇ ਨੇ ਸਾਰੇ। ਬਿਲਕੁਲ ਕਹਿਣਾ, ਕਿਉਂਕਿ ਉਹਦਾ ਕਾਰਨ ਹੈ। ਹਾਂਜੀ, ਉਹਦਾ ਕਾਰਨ ਇਹ ਹੈ ਕਮਿਊਨਿਸਟ CPM ਹੋਰ ਆਈਡੀਆਲੋਜੀ ਹੈ। ਹਾਂਜੀ, ਜਿਹੜੀ ਜਿਹੜੀ BJP ਅਕਾਲੀ ਉਹ ਰਾਈਟ ਧਾਰਮਿਕ ਪਾਰਟੀ ਆ ਵਿੱਚ, ਉਹਦੇ 'ਚ ਤੁਸੀਂ BJP ਲਾ ਲਓ। ਬਿਲਕੁਲ, ਜਿਹੜੀ ਕਾਂਗਰਸ ਆ ਸੈਕੂਲਰ ਹੈ, ਆਪ ਵੀ ਸੈਕੂਲਰ ਹੈ, ਕਿਉਂਕਿ ਜਿਹੜੇ ਉਹਨਾਂ ਦੇ ਏਜੰਡੇ ਹੈ ਉਹ ਕਾਮਨ ਲੋਕ ਵਾਸਤੇ ਆ, ਉਹ ਧਰਮ ਦੀ ਨਿਰਪੱਖਤਾ ਦੀ ਪਾਲਿਸੀ ਹੈ ਔਰ ਇਕਨੋਮਿਕ ਪਾਲਿਸੀ ਹੈ ਔਰ ਕਰਪਸ਼ਨ ਨੂੰ ਦੋਵੇਂ ਕੰਡੈਮ ਕਰਦੇ ਆ। ਕੋਈ ਐਸੀ ਗੱਲ ਨਹੀਂ ਹੈ ਕਿ ਜਿਹੜੇ ਕਾਂਗਰਸ ਹੀ ਇੱਕ ਬਹੁਤ ਵੱਡਾ ਗਰੁੱਪ ਹੈ ਭਗਵੰਤ ਸਿੰਘ ਦੇ ਨਾਲ ਲੱਗ ਕੇ ਸਿੰਸੀਅਰਲੀ ਉਹ ਇਸ ਪੰਜਾਬ ਦੇ ਦੂਜੇ ਕਾਂਗਰਸ ਪੁਰਾਣੇ ਨੂੰ ਜਿਹਨਾਂ, ਕਿਉਂਕਿ ਉਹ 6 ਮਿਨਿਸਟਰਾਂ ਦੇ ਉੱਤੇ ਇੰਨਾ ਵਾਦ ਵਿਵਾਦ ਹੋਇਆ, ਕੁਛ ਤਾਂ ਚਾਹੀਦਾ ਭਾਜੀ, ਜਦੋਂ ਧੂੰਆਂ ਉੱਠਦਾ ਥੋੜ੍ਹੀ ਬਹੁਤ ਅੱਗ ਤਾਂ ਉੱਥੇ ਹੈਗੀ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ, ਸਹੀ ਗੱਲ, ਮੇਰਾ ਤਾਂ ਇੰਨਾ ਹੈ। ਬਹੁਤ ਮਿਹਰਬਾਨੀ, ਇਹ ਤਰੀਕੇ ਨਾਲ ਕੋਈ ਗੱਠਜੋੜ ਕਰਨ ਔਰ ਇੱਕ ਇਮਾਨਦਾਰ ਔਰ ਯੰਗ ਬੰਦੇ ਜਿਹਨਾਂ ਦੇ ਵਿੱਚ ਲੱਤਾਂ 'ਚ ਵੀ ਜ਼ੋਰ ਹੈ, ਬਾਹਾਂ 'ਚ ਵੀ ਜ਼ੋਰ ਹੈ ਔਰ ਬ੍ਰੇਨ ਉਹਨਾਂ ਦਾ ਕਲੀਅਰ ਹੈ ਔਰ ਉਹ ਆਨੈਸਟ ਲੋਕ। ਬਿਲਕੁਲ ਜੀ, ਬਹੁਤ ਮਿਹਰਬਾਨੀ ਜੀ, ਬਸ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਵਧੀਆ ਵਿਚਾਰ ਹਮੇਸ਼ਾ ਹੁੰਦੇ ਤੁਹਾਡੇ ਤੇ। ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਧੀਰ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਸਵਾਗਤ ਜੀ। ਅੱਜ ਇੱਕ ਥੋੜ੍ਹਾ ਜਿਹਾ ਵੱਖਰਾ ਸੀਗਾ ਵੀ ਜੇ ਪਿੰਡ ਲੈਵਲ 'ਤੇ ਵੀ ਆਪੋ ਆਪਣਾ ਜੇ NRI ਆਪਣੇ ਆਪਣੇ ਪਿੰਡ ਨੂੰ ਹੀ ਸਾਂਭ ਲੈਣ ਰਲ ਕੇ ਅਤੇ ਪਿੰਡ ਲੈਵਲ 'ਤੇ ਹੀ ਉਹ ਮੀਟਿੰਗਾਂ ਕਰਨ ਜਾਂ ਕਮੇਟੀਆਂ ਬਣਾ ਲੈਣ, ਤਾਂ ਉਹਦਾ ਲੱਗਦਾ ਤੁਹਾਨੂੰ ਵੀ ਕੋਈ ਪੰਜਾਬ ਨੂੰ ਫਾਇਦਾ ਹੋ ਸਕਦਾ? ਟ੍ਰਿਪ ਕਿੱਦਾਂ ਦਾ ਰਿਹਾ? ਟ੍ਰਿਪ ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ, ਮਤਲਬ ਉਮੀਦ ਤੋਂ ਵੀ ਵਧੀਆ ਰਿਹਾ। ਹੈਲੇ ਗੱਲ ਇਹ ਕਰਨੀ ਚਾਹੁੰਦਾ ਮੈਂ ਕਿ ਤਾਲਿਬਾਨ 20 ਸਾਲ ਬਾਅਦ ਆ ਗਿਆ ਹੈ ਤੇ ਤਾਲਿਬਾਨ ਦੇਖੋ ਕਿੰਨੀ ਹੈਰਾਨੀ ਹੋਈ, ਇਹ ਕਿੰਨੀ ਤੇਜ਼ੀ ਨਾਲ ਆਏ। ਜਿਹੜਾ ਅਮਰੀਕਾ ਨੇ ਪ੍ਰੈਜ਼ੀਡੈਂਟ ਬਣਾਇਆ ਸੀ ਅਫਜ਼ਲ ਗਨੀ, ਉਹ ਖਾਲੀ ਮੈਦਾਨ ਛੱਡ ਕੇ ਦੌੜ ਗਿਆ, ਕਦੇ ਨਹੀਂ ਅਸੀਂ ਇਹ ਜੀ ਕੋਈ ਇਤਿਹਾਸ ਦੇ ਵਿੱਚ ਗੱਲ ਸੁਣੀ। ਇੱਕ ਵਾਈਸ ਪ੍ਰੈਜ਼ੀਡੈਂਟ ਜਿਹੜਾ ਹੈਗਾ ਐਕਸ ਵਾਈਸ ਪ੍ਰੈਜ਼ੀਡੈਂਟ ਸਾਬਕਾ, ਉਹ ਅੜਿਆ ਹੋਇਆ, ਹੁਣ ਉਹਦੇ ਕੋਲ ਕਿਹੜੀ ਪਾਵਰ ਹੈ? ਕੋਈ ਪਾਵਰ ਨਹੀਂ ਹੈ। ਉਹਨੇ 3 ਲੱਖ ਅਮਰੀਕਾ ਨੇ ਫੌਜ ਖੜੀ ਕਰਕੇ ਦਿੱਤੀ, ਪੂਰੀ ਟ੍ਰੇਨਿੰਗ ਲੈ ਕੇ ਦਿੱਤੀ, ਹਥਿਆਰ ਵੀ ਦਿੱਤੇ, ਸਭ ਕੁਛ ਕੀਤੇ, ਕੋਈ ਰਿਟਾਲੀਏਸ਼ਨ ਨਹੀਂ ਕੀਤੀ। ਦੱਸੋ ਉਹਨੂੰ ਕਾਬਲ ਖਾਲੀ ਛੱਡ ਕੇ ਭੱਜ ਗਏ ਤੇ ਉਹ 3 ਲੱਖ ਅਫਗਾਨੀ ਫੌਜੀ ਸੀ ਤੇ 75,000 ਸੀ ਸਿਰਫ ਇਹ ਤਾਲਿਬਾਨ ਜੀ ਜੀ ਉਹਨਾਂ ਨੇ ਉੱਥੇ ਆ ਕੇ ਕਹਿੰਦੇ ਇੱਥੇ ਦਾ ਵੀ ਕੋਈ ਹੈ ਹੀ ਨਹੀਂ ਸਾਡੇ ਨਾਲ ਕੋਈ ਮੁਕਾਬਲਾ ਕਰਨ ਵਾਲਾ, ਕਾਬਲ ਖਾਲੀ ਪਿਆ ਸੀ। ਬਿਲਕੁਲ ਬਿਲਕੁਲ, ਚਲੋ ਏਡਾ ਨਿਕੰਮਾ ਉੱਥੇ ਪ੍ਰੈਜ਼ੀਡੈਂਟ ਬਣਾ ਕੇ ਆਪ ਨਿਕਲ ਆਏ ਔਰ ਆਪ ਨਿਕਲ ਆਏ, ਸਭ ਤੋਂ ਵੱਡੀ ਗੱਲ ਇਹ। ਜਿੰਨੀ ਦੇਰ ਰਹੇ ਉੱਥੇ ਜੀ, ਉੰਨੀ ਦੇਰ ਨਹੀਂ, ਉਹ ਬਹਿਲਜੁਲ ਹੋਈ ਵਾਲੀ, ਨਿਕਲਣ ਦੀ ਦੇਰ ਆ, ਉਦੋਂ ਹੀ ਉਹਨਾਂ ਨੇ ਫਿਰ ਮੈਂ ਅੱਗੇ ਵੱਧ ਗਏ। ਅਮਰੀਕਾ ਜਿਹੜਾ ਨਾ ਕਿਸੇ ਕੰਟਰੀ ਬਾਰੇ ਕੁਛ ਨਹੀਂ ਜਾਣਦਾ ਵੀ ਉੱਥੇ ਦੇ ਲੋਕ ਕਿੱਦਾਂ ਦੇ ਨੇ, ਉੱਥੇ ਦੇ ਕਲਚਰ ਕਿੱਦਾਂ ਦੇ ਨੇ, ਇਸੇ ਕਰਕੇ ਇਹਨਾਂ ਦੀ ਵਾਰ ਵਾਰ ਹਾਰ ਹੁੰਦੀ ਆ। ਵੀਤਨਾਮ 'ਚ ਹਾਰੇ,
ਫਿਰ ਇਰਾਕ ਦੇ ਵਿੱਚ ਵੀ ਇਹਨਾਂ ਦੀ ਹਾਰ ਹੋ ਗਈ ਔਰ ਫਿਰ ਹੁਣ ਦੇਖੋ ਇੱਥੇ ਅਫਗਾਨਿਸਤਾਨ ਦੇ ਵਿੱਚ 20 ਸਾਲ ਬਾਅਦ ਹਾਰ ਕੇ ਆਪਣੀ ਕਿੰਨੀ ਫੌਜ ਮਰਵਾਉਂਦੇ ਨੇ, ਕਿੰਨਾ ਪੈਸਾ ਜਾਇਆ ਕਰਦੇ ਨੇ ਐਵੇਂ ਦੂਜੇ ਲੋਕਾਂ ਦੇ ਲਈ। ਬਿਲਕੁਲ ਜੀ ਬਿਲਕੁਲ, ਅਤੇ ਇਹਦਾ ਧੀਰ ਸਾਹਿਬ ਪੰਜਾਬ ਦੀ ਹੀ ਆਪਾਂ ਗੱਲ ਕਰ ਰਹੇ ਸੀ, ਪੰਜਾਬ ਦਾ ਵੀ ਚਲੋ ਨਾਲ ਨਾਲ ਸੋਚੀਏ ਕੁਛ ਟਾਈਮ ਜਿਹਾ ਹੈਗਾ। ਆਈਡੀਆ ਤਾਂ ਬਹੁਤ ਚੰਗਾ ਜੀ, ਪਰ ਜਿੱਥੋਂ ਤੱਕ ਸਾਡਾ ਤਜਰਬਾ, ਪਿਛਲੀ ਵਾਰੀ ਮੈਂ ਆਪਣੇ ਇੱਕ ਦੋਸਤ ਨੂੰ ਭੇਜਿਆ ਆਮ ਆਦਮੀ ਪਾਰਟੀ ਦੀਆਂ ਵੋਟਾਂ ਲੈਣ ਵਾਸਤੇ, ਉਹ ਜਿੱਥੇ ਕਰ ਗਿਆ ਉਹ ਬੰਦਾ ਕਹਿੰਦਾ ਵੀ ਸਾਨੂੰ ਪੈਸੇ ਕਿੰਨੇ ਦੇਵੋਗੇ। ਆਹ ਵੀ ਬਹੁਤ ਵੱਡੀ, ਹਾਂ ਜਿਹੜੀ ਉੱਥੇ ਦੇ ਲੋਕਾਂ ਦੀ ਸੋਚ ਆ ਸਾਨੂੰ ਦੱਸਦਾ, ਲੇਕਿਨ ਲੋਕ ਤਾਂ ਉੱਥੇ ਸ਼ਰਾਬ ਤੇ ਵਿਕ ਜਾਂਦੇ ਨੇ, ਭੁੱਕੀ ਦੇ ਵਿਕ ਜਾਂਦੇ, ਬਹੁਤ ਵੱਡੀ ਗੱਲ, ਤੇ ਅਪੀਲ ਤੇ ਨੋਟਾਂ ਤੇ ਕੀ ਕਰੋਗੇ ਇਹਨਾਂ ਲੋਕਾਂ ਦਾ। ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ, ਸਹੀ ਹੈ। ਆਈਡੀਆ ਤਾਂ ਬਹੁਤ ਚੰਗਾ, ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ ਕੋਈ ਕੁਛ ਪਿੰਡ ਪੱਧਰ ਤੇ ਬਣ ਜਾਵੇ, ਮੈਂ ਆਪਣੇ ਪਿੰਡ ਵਾਲਿਆਂ ਨੂੰ ਵੀ ਇਕੱਠੇ ਕਰਨ ਦੀ ਕੋਸ਼ਿਸ਼ ਕਰੂੰ, ਇੱਥੇ ਵੀ ਮੇਰੇ ਪਿੰਡ ਦੇ ਬੰਦੇ ਬਹੁਤ ਵੱਸਦੇ ਨੇ। ਹਾਂਜੀ, ਤੁਸੀਂ ਆਪਣੇ ਪਿੰਡ ਦੇ ਬੰਦਿਆਂ ਦਾ ਇੱਕ ਵਟਸਐਪ ਗਰੁੱਪ ਬਣਾ ਲਓ, ਉਹਦੇ 'ਚ ਫਿਰ ਸਲਾਹ ਕਰੋ ਆਪਸ ਦੇ ਵਿੱਚ ਵੀ ਕਿਹੜਾ ਉੱਧਰੋਂ ਤੁਹਾਡੇ ਕੈਂਡੀਡੇਟ ਆ ਅਤੇ ਕਿਹੜੀ ਪਾਰਟੀ ਦੇ ਅੱਗੇ ਆਉਣ ਦੇ ਨਾਲ ਪੰਜਾਬ ਦਾ ਭਲਾ ਹੋ ਸਕਦਾ। ਇੱਕ ਤਾਂ ਦੇਖੋ ਭਲਾ ਤਾਂ ਹੋ ਸਕਦਾ, ਇੱਕ ਤਾਂ ਦੇਖੋ ਨਾ ਜਿਹੜੇ ਇਹ ਲੀਡਰ ਨੇ ਸਾਡੇ ਪੰਜਾਬ ਦੇ ਉਹੀ ਬੇਈਮਾਨ ਨੇ। ਨਹੀਂ ਜਿਵੇਂ ਹੁਣ ਇਹ ਨਵਜੋਤ ਸਿੱਧੂ ਆ, ਪ੍ਰਗਟ ਸਿੰਘ ਮਤਲਬ ਕਲੀਨ ਗਿਣੇ ਜਾਂਦੇ ਆ ਫਿਲਹਾਲ ਤੱਕ ਤਾਂ। ਹਾਂ ਇਹ ਤਾਂ ਕਲੀਨ ਨੇ, ਪਰ ਗੱਲ ਇਹ ਆ ਵੀ ਦੂਜੇ ਪਾਸੇ ਜਿਹੜੇ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਕਿਸਾਨ ਚੱਲਦੀ ਆ ਉਹਨਾਂ ਨੇ ਹਰਾਉਣਾ, ਇਹ ਗੱਲ ਇਹ ਸੁਣਦੇ ਨੀ। ਜਾਂ ਤਾਂ ਫਿਰ ਇਹ ਨਵਜੋਤ ਸਿੰਘ ਸਿੱਧੂ ਜਾਂ ਇਹ ਸਾਰੇ ਕੈਪਟਨ ਅਮਰਿੰਦਰ ਸਿੰਘ ਸਾਨੂੰ ਇੱਕ ਵਾਅਦਾ ਪੂਰਾ ਕਰਕੇ ਦਿਖਾ ਦੇਣ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਕਰਕੇ ਦਿਖਾਉਣ, ਬੰਦਿਆਂ ਨੂੰ ਸਜ਼ਾਵਾਂ ਦੇਣ ਇਲੈਕਸ਼ਨ ਤੋਂ ਪਹਿਲਾਂ ਦੇਣ। ਵੈਸੇ ਹੁਣ ਕੈਪਟਨ ਸਾਹਿਬ ਨੂੰ ਚਾਹੀਦਾ ਵੀ ਆਪ ਘੋੜੀ ਚੜ੍ਹਨ ਦੀ ਬਜਾਏ ਉਹਨੂੰ ਸਿੱਧੂ ਸਾਹਿਬ ਨੂੰ ਚੜ੍ਹਾ ਕੇ ਦੇ ਆਪ ਮੂਹਰੇ ਭੰਗੜਾ ਪਾਉਣ। ਚਲੋ ਮਿਹਰਬਾਨੀ ਬਹੁਤ ਤੁਹਾਡੀ, ਪਹਿਲਾਂ ਸਾਡਾ ਇਹ ਵਾਅਦਾ ਪੂਰਾ ਕਰਨ, ਬਾਅਦ ਦੇ ਵਿੱਚ ਕਿਹਨੇ ਸਜ਼ਾ ਦੇਣੀ ਆ ਇਲੈਕਸ਼ਨ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ। ਠੀਕ ਹੈ, ਸਾਨੂੰ ਕੁਛ ਕਰਕੇ ਤਾਂ ਦਿਖਾਉਣ ਨਾ ਜੀ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਪਿੰਡ ਦੇ ਲੋਕਾਂ ਕੋਲ ਜਾਵਾਂਗੇ, ਉਹਨਾਂ ਨੂੰ ਵੀ ਕਹਿਣਾ ਵੀ ਕੋਈ ਸਾਨੂੰ ਦੱਸੋ ਵੀ ਇਹਨਾਂ ਨੇ ਕਰਨਾ ਕੀ ਆ। ਹਾਂਜੀ ਹਾਂਜੀ, ਚਲੋ ਮਿਹਰਬਾਨੀ ਜੀ, ਬਹੁਤ ਤੁਹਾਡੀ, ਬਹੁਤ ਤੁਹਾਡਾ ਧੰਨਵਾਦ। ਸਮਾਂ ਫਟਾਫਟ ਹੀ ਲੰਘ ਜਾਂਦਾ, ਪਤਾ ਨਹੀਂ ਲੱਗਦਾ ਹੈਗਾ, ਬ੍ਰੇਕ ਆ ਗਈ, ਬ੍ਰੇਕ ਤੋਂ ਬਾਅਦ ਫਿਰ ਟਾਈਮ ਹੋਇਆ ਤਾਂ ਕਾਲਾਂ ਲਵਾਂਗੇ ਜੀ, ਜ਼ਰੂਰ ਕਾਲਾਂ ਤੁਹਾਡੀਆਂ ਆਈਆਂ ਹੋਈਆਂ, ਪਰ ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ। ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ, ਪਰ ਇੱਕ ਅੱਧੀ ਕਾਲ ਆਪਾਂ ਲੈ ਲੈਂਦੇ ਹਾਂ ਫਟਾਫਟ ਨਾਲ ਦੀ ਨਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਸਾਹਿਬ ਅਮਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਿੰਘ ਜੀ। ਹਾਂਜੀ, ਕੀ ਵਿਚਾਰ ਨੇ ਜੀ ਥੋੜ੍ਹੇ ਸਮੇਂ ਦੇ ਵਿੱਚ? ਥੋੜ੍ਹੇ ਜਿਹੇ ਦੱਸ ਦਿੰਦਾ, ਉੱਥੇ ਪੰਜਾਬ 'ਚ ਆਪਣੇ ਵੋਟਾਂ ਪਾਈਆਂ ਨਹੀਂ ਜਾਂਦੀਆਂ, ਉੱਥੇ ਵੋਟਾਂ ਖਰੀਦੀਆਂ ਜਾਂਦੀਆਂ ਸਭ ਤੋਂ ਵੱਡੀ ਸਮੱਸਿਆ ਇਹ ਹੈ। ਹਾਂਜੀ, ਸਿਰਫ ਆਪਣੇ ਨਾ ਥੋੜ੍ਹੇ ਅੰਮ੍ਰਿਤਸਰ ਤੋਂ ਆ ਜੀ ਟੀ ਰੋਡ ਦੇ ਲਾਗੇ ਲਾਗੇ ਬੰਦੇ ਪੜ੍ਹੇ ਲਿਖੇ ਥੋੜ੍ਹੇ ਆ, ਉਹ ਜਿਹੜੀਆਂ ਵੋਟਾਂ ਵੋਟਾਂ ਨੂੰ ਸਮਝ ਸਕਦੇ ਹਾਂ ਵੀ ਸਹੀ ਪਾਉਣੀਆਂ। ਨਕੋਦਰ ਸਾਹਿਬ ਤੋਂ ਸੁਲਤਾਨਪੁਰ ਇਧਰਲੇ ਏਰੀਏ ਚਲ ਜਾਓ, ਅੱਛਾ, ਸਾਰੀਆਂ ਵੋਟਾਂ ਵਿਕਦੀਆਂ। ਹਾਂਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਗੱਲ ਤਾਂ ਮਤਲਬ ਸਿੱਧੀ ਉਹੀ ਉੱਥੇ ਆ ਗਈ ਜੀ, ਮੁੜ ਕੇ ਕੀ ਕਰੀਏ। ਸਾਡੇ ਵੀ ਉੱਥੇ ਜਦੋਂ ਇਹ ਭਗਵੰਤ ਖੜ੍ਹਿਆ ਹੋਇਆ ਸੀ ਆਮ ਆਦਮੀ ਪਾਰਟੀ ਵੱਲੋਂ, ਅਤੇ ਉੱਥੇ ਸਾਨੂੰ ਇੱਕ ਆਇਆ ਸੀ ਫੋਨ ਕਿਸੇ ਦਾ, ਦੂਜੀ ਪਾਰਟੀ ਦੇ ਬੰਦੇ ਦਾ, ਵੀ ਇੱਥੇ ਇੰਨੀਆਂ ਕੁ ਵੋਟਾਂ ਹੈਗੀਆਂ, 700-800 ਵੋਟ ਆ, ਤੁਸੀਂ ਇੰਨਾ 70-80 ਹਜ਼ਾਰ ਖਰਚੋ ਤਾਂ ਸਾਰੀਆਂ ਤੁਹਾਨੂੰ ਪੈ ਜਾਣਗੀਆਂ। ਉਹ ਕਹਿੰਦਾ ਜੀ ਅਸੀਂ ਇਹ ਨਹੀਂ ਕੰਮ ਕਰਨਾ। ਹਾਂਜੀ, ਬਾਕੀ ਇਹ ਗੱਲ ਹੈ ਨਾ, ਇਹ ਮੰਤਰੀ ਬੜੇ ਖਰਾਬ ਆ, ਕਦੇ ਦੇਖੋ ਰੋਪੜ ਚ ਰੈਲੀ ਹੁੰਦੀ ਆ, ਉਧਰਲੀ ਸਾਈਡ ਆਪਣੇ ਜਿਹੜਾ ਮਾਛੀਵਾੜਾ ਕਦੇ ਰੈਲੀ ਹੁੰਦੀ ਆ, ਤੇ ਉਧਰ ਬੱਚੇ ਪੜ੍ਹੇ ਲਿਖੇ ਆ, ਸਾਰਾ ਕੁਛ ਉਧਰ ਸੁਣਦੇ ਆ, ਜਿੱਥੇ ਸ਼ੇਰੀ ਏਰੀਆ ਜਿੱਥੇ ਸਾਰਾ ਕੁਛ ਚੱਲਦਾ, ਰੈਲੀਆਂ ਉੱਥੇ ਹੁੰਦੀਆਂ, ਰੈਲੀਆਂ ਕਰਨ ਕੇ ਉਸੇ ਏਰੀਏ ਚ ਸਾਰੇ ਬੰਦਿਆਂ ਨੂੰ ਵੇਚਣਗੇ, ਉਹ ਸ਼ਰਾਬ ਵੇਚਣਗੇ, ਉਹਨਾਂ ਵੋਟਾਂ ਪਾਉਣਗੇ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਵਾਕਈ ਬਿਲਕੁਲ ਸਹੀ ਗੱਲਾਂ, ਇਹ ਚੀਜ਼ਾਂ ਖਤਮ ਹੋ ਗਈਆਂ ਜਦੋਂ ਪੰਜਾਬ ਦੇ ਵਿੱਚ, ਉਦੋਂ ਹੀ ਪੰਜਾਬ ਦਾ ਭਲਾ ਹੋ ਸਕਦਾ। ਅਤੇ ਵੈਸੇ ਕੋਸ਼ਿਸ਼ ਜੇ ਕਰੀਏ, NRI ਦੀ ਗੱਲ ਮੰਨਦੇ ਨੇ ਪੰਜਾਬੀ ਪਿੰਡਾਂ ਦੇ ਵਿੱਚ, ਕਿਉਂਕਿ NRI ਨੇ ਪਿੰਡਾਂ ਦੇ ਵਿੱਚ ਕੰਮ ਬਹੁਤ ਕੀਤੇ, ਵਿਕਾਸ ਬਹੁਤ ਕੀਤਾ, ਸਰਕਾਰਾਂ ਨੇ ਵਿਕਾਸ ਨਹੀਂ ਕੀਤਾ, NRI ਨੇ ਖੁਦ ਆਪਣੇ ਪਿੰਡਾਂ ਨੂੰ ਪਿੰਡਾਂ ਦਾ ਵਿਕਾਸ ਕੀਤਾ, ਬੱਚੇ ਵੀ ਪੜ੍ਹਾਏ ਨੇ, ਟੂਰਨਾਮੈਂਟ ਚਲੋ ਅਸੀਂ ਖੇਡ ਮੇਲਿਆਂ ਦੀ ਗੱਲ ਕਰੀ ਜਾਂ ਸੱਭਿਆਚਾਰਕ ਮੇਲਿਆਂ ਦੀ ਗੱਲ ਕਰੀ, ਉਹ ਤਾਂ ਕਰਾਉਂਦੇ ਨੇ, ਪਰ ਬਹੁਤ ਸਾਰੇ NRI ਜਿਹੜੇ ਨੇ ਉਹਨੇ ਆਪਣੇ ਪਿੰਡ ਦੇ ਬੱਚੇ ਵੀ ਆਪਣੇ ਖਰਚੇ 'ਤੇ ਪੜ੍ਹਾਏ ਨੇ। ਸੋ ਗੱਲ ਸੁਣਦੇ ਨੇ ਸਾਡੀ, ਤੁਸੀਂ ਆਪਣੀ ਗੱਲ ਸੱਚੀ ਜਿਹੜੀ ਸਹੀ ਗੱਲ ਹੈਗੀ ਆ ਉਹ ਆਪਾਂ ਉਹਨਾਂ ਨੂੰ ਦੱਸੀਏ, ਅਤੇ ਤਾਂ ਕਿ ਪੰਜਾਬ ਦੀ ਗੱਲ ਜਿਹੜੀ ਆ, ਪੰਜਾਬ ਦਾ ਕੋਈ ਭਲਾ, ਪੰਜਾਬ ਦਾ ਕੋਈ, ਪੰਜਾਬ ਦੇ ਵਿੱਚੋਂ ਕਰਪਸ਼ਨ ਦੀ ਗੱਲ ਕਰ ਲਈਏ, ਸਭ ਤੋਂ ਵੱਡੀ ਜਿਹੜੀ ਅੱਜ ਦੀ ਕਹਿ ਸਕਦੇ ਅਸੀਂ ਜਿਹੜਾ ਗੁਨਾਹ ਹੋਇਆ ਪੰਜਾਬ ਦੇ ਵਿੱਚ ਬੇਅਦਬੀ ਦਾ,
ਉਹਦਾ ਕੋਈ ਨਾ ਕੋਈ ਹੱਲ ਨਿਕਲੇ, ਉਹਨਾਂ ਨੂੰ ਸਜ਼ਾ ਮਿਲੇ, ਅਤੇ ਉਦੋਂ ਬਾਅਦ ਪੰਜਾਬ ਦੇ ਐਜੂਕੇਸ਼ਨ ਦੀ ਗੱਲ ਹੋਵੇ, ਪੰਜਾਬ ਦੀ ਹੈਲਥ ਦੀ ਗੱਲ ਹੋਵੇ, ਪੰਜਾਬ ਦੇ ਵਿੱਚ ਰੁਜ਼ਗਾਰ ਦੀ ਗੱਲ ਹੋਵੇ, ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ। ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਗਾ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com, ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਜਾਂ ਫਿਰ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ। ਆ ਪਿੰਡਾਂ ਦੀ ਕਮੇਟੀਆਂ ਦੀ ਗੱਲ ਕੀਤੀ ਹੈ ਤਾਂ ਮੈਨੂੰ ਜ਼ਰੂਰ ਤੁਸੀਂ ਆਪਣਾ ਨਾਮ ਅਤੇ ਫੋਨ ਨੰਬਰ ਟੈਕਸਟ ਕਰ ਦਿਓ 209-450-33-12, ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਰਲ ਮਿਲ ਕੇ ਕੋਈ ਪੰਜਾਬ ਦੇ ਭਲੇ ਦੀ ਗੱਲ ਕਰੀਏ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।